ਪੰਜਾਬੀ ਕਲਾਸਿਕ ਟਾਈਮ ਲੈ ਕੇ ਯੂਸਫ ਪੰਜਾਬੀ ਤੁਹਾਡੇ ਨਾਲ। ਖਾਲਸ ਖਲੂਸ ਭਰਿਆ ਸਲਾਮ ਕਬੂਲ ਕਰੋ। ਆਸ ਹੈ ਸੱਚੇ ਸਾਈਂ ਦੀ ਜ਼ਾਤ ਤੋਂ ਕਿ ਤੁਸੀਂ ਜਿੱਥੇ ਵੀ ਹੋਵੋਗੇ ਉਹਦੀ ਅਮਾਨ ਵਿੱਚ ਹੱਸਦੇ ਵੱਸਦੇ ਬੇਪਨਾਹ ਮਾਵਾਂ ਦੇ ਪਿਆਰ ਕਰਨ ਵਾਲਾ ਉਹ ਸੱਚਾ ਸਾਈਂ ਹਮੇਸ਼ਾ ਤੁਹਾਡੇ ਨਾਲ ਮੁਹੱਬਤ ਪਿਆਰ ਹੀ ਕਰਦਾ ਰਹੇ। ਜਿਹੜੇ ਪਿਆਰੇ ਰਾਹ ਵਿੱਚ ਨੇ, ਰਸਤੇ ਵਿੱਚ ਨੇ, ਆਪਣੀ ਮੰਜ਼ਿਲ ਵੱਲ ਜਾ ਰਹੇ ਨੇ, ਸੋਹਣਾ ਸਾਈਂ ਉਹਨਾਂ ਨੂੰ ਆਪਣੀ ਅਮਾਨ ਵਿੱਚ ਉਹਨਾਂ ਦੀ ਮੰਜ਼ਿਲ 'ਤੇ ਕਰ ਪਾਏ। ਔਰ ਜਿਹੜੇ ਪਿਆਰੇ ਆਪਣੇ ਪਿਆਰਿਆਂ ਨੂੰ ਉਡੀਕਦੇ ਪਏ ਨੇ, ਇੰਤਜ਼ਾਰ ਵਿੱਚ ਨੇ, ਸਿੱਕ ਵਿੱਚ ਨੇ, ਉਹਨਾਂ ਨੂੰ ਉਹਨਾਂ ਦੇ ਪਿਆਰੇ ਮਿਲਾਏ। ਔਰ ਦੁਨੀਆਂ 'ਚ ਜਿੰਨੇ ਵੀ ਬਿਮਾਰ ਨੇ, ਰੱਬ ਸੁਣਾ ਉਹਨਾਂ ਨੂੰ ਸਿਹਤ ਤੰਦਰੁਸਤੀ ਸ਼ਫਾ ਅਤਾ ਕਰੇ। ਸ਼ਾਲਾ ਕਿਸੇ ਨੂੰ ਦੁੱਖ ਨਾ ਆਵੇ, ਕੋਈ ਦੁਖੀ ਨਾ ਹੋਵੇ, ਕੁੱਲ ਸੰਸਾਰ ਇੱਕ ਫੁੱਲਾਂ ਦੀ ਕਿਆਰੀ ਬਣ ਜਾਵੇ ਔਰ ਹਰ ਪਾਸੇ ਅਮਨ ਦੀ ਮਹਿਕ, ਪਿਆਰ ਦੇ ਗੀਤ ਗਾਏ ਜਾਣ। ਪੰਜਾਬੀ ਕਲਾਸਿਕ ਟਾਈਮ ਅੱਜ ਖੁਦ ਕਲਾਮੀ, ਆਪਣੇ ਆਪ ਨਾਲ ਗੱਲਾਂ ਕਰਨੀਆਂ। ਅਸੀਂ ਆਪਣੇ ਜੀਵਨ ਵਿੱਚ ਜੋ ਕੰਮ ਬਹੁਤ ਜ਼ਿਆਦਾ ਕਰਨੇ, ਕਦੀ ਉਹਦੇ ਵੱਲ ਧਿਆਨ ਹੀ ਨਹੀਂ ਦਿੱਤਾ। ਕੋਸ਼ਿਸ਼ ਹੁੰਦੀ ਹੈ ਕੋਈ ਐਸੀ ਗੱਲ ਕਰੀਏ ਅਸੀਂ ਕਲਾਸਿਕ ਟਾਈਮ 'ਚ ਜਿਹਦੇ ਵੱਲ ਆਮ ਵਰਤੋਂ ਵਿੱਚ ਤਾਂ ਅਸੀਂ ਬਿਲਕੁਲ ਹੁੰਦੇ ਹਾਂ, ਉੱਥੇ ਮੌਜੂਦ ਵੀ ਹੁੰਦੇ ਹਾਂ, ਸੋਚਦੇ ਵੀ ਹਾਂ, ਪਰ ਉਹਦੇ ਵੱਲ ਕਦੀ ਧਿਆਨ ਨਹੀਂ ਕੀਤਾ ਅਸੀਂ। ਕਿਉਂ ਨਹੀਂ ਕੀਤਾ? ਅਸੀਂ ਆਪਣੀ ਜ਼ਿੰਦਗੀ, ਮੈਂ ਸਮਝਦਾ ਕਿ 60% ਗੁਜ਼ਾਰ ਦਿੰਦੇ ਹਾਂ ਖੁਦ ਕਲਾਮੀ ਵਿੱਚ, ਆਪਣੇ ਆਪ ਨਾਲ ਗੱਲਾਂ ਕਰਦੇ ਹਾਂ, ਉਦੋਂ ਆਪ ਹੀ ਆਪ ਹੁੰਦੇ ਹਾਂ। ਕੋਈ ਮੋਮਨ ਨਹੀਂ ਹੁੰਦਾ, ਕੋਈ ਕਾਫਰ ਨਹੀਂ ਹੁੰਦਾ, ਕੋਈ ਸਖੀ ਨਹੀਂ ਹੁੰਦਾ, ਕੋਈ ਸ਼ੂਮ ਨਹੀਂ ਹੁੰਦਾ। ਜੋ ਮਨ 'ਚ ਆਉਂਦਾ ਹੈ ਆਪਣੇ ਆਪ ਕੋਲੋਂ ਪੁੱਛਦੇ ਹਾਂ, ਔਰ ਮਨ ਹੀ ਮਨ ਵਿੱਚ ਉਹਦਾ ਜਵਾਬ ਲੱਭਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਕਦੀ ਅਸੀਂ ਆਪਣੇ ਆਪ ਨਾਲ ਲੜ ਪੈਂਦੇ ਹਾਂ, ਕਦੀ ਖੁਸ਼ ਹੋ ਜਾਂਦੇ ਹਾਂ, ਕਦੀ ਰੁੱਸ ਜਾਂਦੇ ਹਾਂ, ਕਦੀ ਮੰਨ ਜਾਂਦੇ ਹਾਂ। ਇਸ ਆਪਣੇ ਆਪ ਨਾਲ ਰਿਸ਼ਤੇ 'ਤੇ ਕਦੀ ਗੌਰ ਕੀਤਾ ਜਿਹਦੇ ਨਾਲ ਅਸੀਂ ਜੀਵਨ ਵਿੱਚ ਸਭ ਤੋਂ ਜ਼ਿਆਦਾ ਗੱਲਾਂ ਕਰਦੇ ਹਾਂ? ਧਿਆਨ ਹੀ ਨਹੀਂ ਸਾਡਾ। ਅੱਜ ਇੱਕ ਬੇਨਤੀ ਹੈ ਕਿ ਜਦੋਂ ਅਸੀਂ ਆਪਣੇ ਆਪ ਨਾਲ ਗੱਲਾਂ ਕਰ ਰਹੇ ਹੁੰਦੇ ਤਾਂ ਸਭ ਉਹ ਗੱਲਾਂ ਕਰ ਜਾਂਦੇ ਹਾਂ ਜਿਨ੍ਹਾਂ 'ਤੇ ਸਾਡੇ, ਜਿਹੜੀਆਂ ਗੱਲਾਂ ਕਰਨ 'ਤੇ ਸਾਡੇ 'ਤੇ ਫਤਵੇ ਵੀ ਲੱਗਦੇ ਨੇ ਅਗਰ ਅਸੀਂ ਬਾਹਰ ਕਰੀਏ ਤਾਂ। ਉਹਨਾਂ ਗੱਲਾਂ 'ਤੇ ਲੋਕ ਬਹੁਤ ਖੁਸ਼ ਵੀ ਹੁੰਦੇ, ਸਾਨੂੰ ਸ਼ਾਬਾਸ਼ ਵੀ ਦਿੰਦੇ ਨੇ। ਖੁਦ ਕਲਾਮੀ ਵਿੱਚ ਆਪਣੇ ਆਪ ਨਾਲ ਜਦੋਂ ਬੰਦਾ ਗੱਲ ਕਰ ਰਿਹਾ ਤਾਂ ਬਨਾਵਟ ਤੋਂ ਪਾਕ ਹੁੰਦਾ, ਉਸ ਧੋਖੇ ਤੋਂ ਪਾਕ ਹੁੰਦਾ ਹੈ। ਕਦੀ ਕਿਸੇ ਨੇ ਆਪਣੇ ਆਪ ਨੂੰ ਵੀ ਧੋਖਾ ਦਿੱਤਾ, ਆਪਣੇ ਆਪ ਨਾਲ ਵੀ ਝੂਠੀ ਗੱਲ ਕੀਤੀ ਹੈ? ਬਸ ਇੰਝ ਹੀ ਹੈ ਅੱਜ ਕੁਛ, ਅਤੇ
ਜਿੰਨੇ ਵੀ ਪਿਆਰੇ ਨੇ ਉਹ ਆਸ ਹੈ ਕਿ ਬੜੇ ਖੁੱਲ੍ਹੇ ਜ਼ਿਹਨ ਨਾਲ, ਬੜੇ ਧਿਆਨ ਨਾਲ, ਬੜੇ ਪਿਆਰ ਨਾਲ ਖੁਦ ਕਲਾਮੀ ਸੁਣਨਗੇ। ਖੁਦ ਕਲਾਮੀ ਕੀਤੀ ਜਾਂਦੀ ਹੈ, ਸੁਣੀ ਨਹੀਂ ਜਾਂਦੀ, ਦੱਸੀ ਨਹੀਂ ਜਾਂਦੀ। ਤੁਸੀਂ ਸਾਰੀ ਹੀ ਖੁਦ ਗੁਲਾਮੀ ਕਰਦੇ ਹੋ, ਪਰ ਮੈਂ ਆਪਣੇ ਖੁਦ ਗੁਲਾਮੀ ਆਪਣੇ ਪਿਆਰਿਆਂ ਦੇ ਨਾਲ ਸਾਂਝੀ ਕਰਨਾ ਚਾਹੁੰਦਾ। ਪੰਜਾਬੀ ਕਲਾਸਿਕ ਟਾਈਮ, ਯੂਸਫ ਪੰਜਾਬੀ ਤੁਹਾਡੇ ਨਾਲ ਖੁਦ ਗੁਲਾਮੀ। ਮੈਂ ਸੋਚਣਾ, ਕਦੀ ਕਦੀ ਸੋਚਣਾ ਰੱਬ ਬਾਰੇ, ਰੱਬ ਪਾਲਣ ਵਾਲਾ, ਅੱਲਾ ਸਭ ਤੋਂ ਵੱਡਾ। ਪਰ ਮੈਂ ਭਾਲ ਵਿੱਚ ਪੈ ਜਾਂਦਾ, ਲੱਭ ਨਾ ਵਾਂ ਕਿੱਥੇ ਨੇ। ਮੁੱਲਾ ਕਹਿੰਦਾ, ਇਹ ਨਾ ਪੁੱਛੋ ਉਹ ਸ਼ਾਰਕ ਤੋਂ ਨੇੜੇ, ਕਦੀ ਕਵੇ ਉਹ ਅਰਸ਼ ਮੌਲਾ। ਗੱਲ ਸਮਝ ਨਹੀਂ ਆਉਂਦੀ, ਜੇ ਉਹ ਅਰਸ਼ ਮੌਲਾ ਅਤੇ ਫਿਰ ਸ਼ਾਰਕ ਤੋਂ ਕਿਵੇਂ ਨੇੜੇ ਹੈ? ਜੇ ਉਹ ਸ਼ਾਰਕ ਤੋਂ ਨੇੜੇ ਤਾਂ ਫਿਰ ਉਹ ਬੋਲਦਾ ਕਿਉਂ ਨਹੀਂ? ਮੁੱਲਾ ਕਹਿੰਦਾ, ਛੱਡ ਦੇ ਇਹਨਾਂ ਗੱਲਾਂ ਨੂੰ, ਕਾਫਰ ਹੋ ਕੇ ਮਰ ਜਾਏਗਾ। ਜੇ ਉਹ ਸ਼ਾਰਕ ਤੋਂ ਨੇੜੇ ਅਤੇ ਫਿਰ ਮੈਂ ਕਾਫਰ ਕਿਵੇਂ ਹੋਣਾ, ਕਿਵੇਂ ਮੋਣਾ, ਕਿਵੇਂ ਮਰਨਾ? ਕਦੀ ਕਦੀ ਮੈਂ ਸੋਚਦਾ ਹਾਂ, ਜੇ ਉਹ ਸ਼ਾਰਕ ਤੋਂ ਨੇੜੇ ਫਿਰ ਸਜਦੇ ਕਿਹਨੂੰ ਕਰਦਾ? ਮੇਰੇ ਅੰਦਰ ਕੀ ਹੈ ਮੇਰਾ, ਜੇ ਉਹ ਸ਼ਾਰਕ ਤੋਂ ਨੇੜੇ? ਕਦੀ ਕਦੀ ਮੈਂ ਸੋਚਣਾ, ਉਹ ਸ਼ਾਰਕ ਤੋਂ ਨੇੜੇ ਫਿਰ ਕਿਹੜਾ ਕਾਫਰ, ਕਿਹੜਾ ਮੋਮਨ, ਸਾਰੇ ਇੱਕੋ ਜਿਹੇ? ਨਾ ਕੋਈ ਮੋਮਨ, ਨਾ ਕੋਈ ਕਾਫਰ, ਬਸ ਉਹੀ ਹੈ। ਬਸ ਇਹੋ ਹੀ ਸੋਚਦਾ ਹਾਂ, ਧਰਮਾਂ ਦੇ ਝਗੜੇ ਝੇੜੇ ਇਹ ਸਭ ਕੀ ਹੈ? ਕੋਈ ਜਾਂਦਾ ਤੀਰਥ ਗੰਗਾ, ਕੋਈ ਜਾਂਦਾ ਮੱਕੇ, ਜੇ ਉਹ ਸ਼ਾਰਕ ਤੋਂ ਨੇੜੇ ਤੇ ਖੌਰੇ ਆਪੇ ਕਿਹਨੂੰ ਲੱਭੇ? ਕਦੀ ਕਦੀ ਮੈਂ ਸੋਚਦਾ ਹਾਂ, ਜੰਨਤ ਦੋਜ਼ਖ, ਹੂਰਾਂ ਮਲਾਇਕ,
ਮੁੱਲਾ ਮੇਰੀ ਦੁਖਦੀ ਰੱਗ 'ਤੇ ਹੱਥ ਰੱਖਦਾ ਹੈ ਪਰ ਉਹ ਸ਼ਾਹ ਰੱਖਦੇ ਨਹੀਂ। ਮੈਨੂੰ ਕਹਿੰਦਾ ਪੜ੍ਹ ਨਮਾਜ਼ਾਂ, ਹੱਜ ਫਿਤਰਾਨੇ ਦੇ ਜ਼ਕਾਤਾਂ। ਓਏ ਮਿਲ ਸਨ ਤੈਨੂੰ 70 ਸੁਗਾਤਾਂ, ਯਾਨੀ 70 ਹੂਰਾਂ, ਐਡੇ ਸੋਹਣੇ ਤੋਹਫੇ, ਮੋਟੀਆਂ ਮੋਟੀਆਂ ਸੋਹਣੀਆਂ ਅੱਖਾਂ, ਸੁਰਖ ਕਫੂਰੀ ਹੋਂਠ, ਸੰਗ ਮਰਮਰੀ ਜੁੱਸਾ। ਮੁੱਲਾ ਜੀ ਜਦੋਂ ਮੈਨੂੰ ਇਹ ਦੱਸਦੇ ਨੇ ਤਾਂ ਕਿਸੇ ਵੀ ਇਹੋ ਜਿਹੀ ਲਾਲਚ ਭਰੀ ਬਾਤ 'ਚ ਮੇਰੇ ਧਿਆਨ 'ਚ ਹੋਰ ਕੁਛ ਨਹੀਂ ਰਹਿੰਦਾ, ਬਸ ਦਿਮਾਗ ਵਿੱਚ ਹੋਰਾਂ ਹੀ ਹੋਰਾਂ, ਹੋਰਾਂ ਹੀ ਹੋਰਾਂ, ਹੋਰ ਕੁਛ ਨਹੀਂ ਰਹਿੰਦਾ, ਬਸ ਹੋਰਾਂ ਦਾ ਤਸੱਵਰ। ਕਦੀ ਕਦੀ ਮੈਂ ਸੋਚਦਾ ਹਾਂ, ਪਰ ਅਕਸਰ ਸੋਚਦਾ ਹਾਂ, ਮੇਰੀ ਪਿਆਰੀ ਸਜਲ ਸੁਹਾਣੀ, ਮੇਰੀ ਹਾਣੀ ਮੇਰੇ ਰਾਹ ਵਿੱਚ ਨੈਣ ਵਿਛਾਵੇ, ਮੇਰੇ ਸਦਕੇ ਵਾਰੀ ਜਾਵੇ, ਉਹਨੂੰ ਤੱਕਿਆਂ ਚੈਨ ਆ ਜਾਵੇ, ਮੇਰੇ ਲਈ ਉਹ ਭੁੱਖਾਂ ਕੱਟੇ, ਮੇਰੇ ਨਾਲ ਉਹ ਰੱਜ ਕੇ ਖਾਵੇ, ਆਉਂਦਿਆਂ ਮੈਨੂੰ ਵੇਖ ਕੇ ਲੱਖ ਲੱਖ ਸ਼ਗਨ ਮਨਾਵੇ। ਕਦੀ ਕਦੀ ਮੈਂ ਸੋਚਦਾ ਹਾਂ, ਸੁਣਿਆ ਹੋਰਾਂ ਆਸੇ ਪਾਸੇ ਹੋ ਸਨ, ਫਿਰ ਸਨ, ਪਰ ਨਾ ਕੁਝ ਕਹਿ ਸਨ, ਨਾ ਕੁਝ ਪੁੱਛ ਸਨ, ਨਾ ਉਹ ਲੜ ਸਨ, ਨਾ ਮਨੀਵਨ, ਨਾ ਕੋਈ ਗੱਲ ਕਰੀਵਨ। ਮੈਨੂੰ ਸੋਚ ਕੇ ਡਰ ਲੱਗਦਾ ਹੈ, ਮੈਨੂੰ ਸੋਚ ਕੇ ਡਰ ਲੱਗਦਾ ਹੈ ਇਹਨਾਂ ਹੋਰਾਂ ਬਾਰੇ। ਮੈਂ ਤੇ ਹਰ ਜਨਮ ਲਈ ਸੋਚਾਂ ਤੇ ਹਰ ਹਰ ਸਾਹ ਨਾਲ ਪਾਲਾਂ, ਮੇਰੀ ਪਿਆਰੀ ਸੱਜਲ ਸੁਹਾਣੀ, ਮੇਰੀ ਪਿਆਰੀ ਸੱਜਲ ਸੁਹਾਣੀ ਥੀ 1700 ਹੋਰਾਂ ਵਾਰਾਂ। ਕਦੀ ਨਾ ਮੈਥੋਂ ਦੂਰ ਉਹ ਹੋਵੇ, ਇਨਸ਼ਾਅੱਲਾ ਜੁਗ ਜੁਗ ਜੀਵੇ, ਮੇਰੀ ਜੀਵਨ ਕਹਾਣੀ ਤੁਧ ਨਾਲ ਤੂੰ ਹੀ ਜੀਵਨ ਰੂਪ ਹੈ। ਕਦੀ ਕਦੀ ਮੈਂ ਸੋਚਣਾ, ਚੰਗੇ ਕੰਮ ਲਈ ਲਾਲਚ ਕਾਹਦਾ, ਰੱਬ ਨੇ ਸਭ ਕੁਛ ਬਣਾਇਆ, ਅੱਲਾ ਮਾਲਕ ਹੈ ਸਭ ਜਹਾਨਾਂ ਦਾ, ਫਿਰ ਉਹਨੂੰ ਸਜਦਾ ਕਰਨ ਲਈ, ਉਹਦਾ ਸ਼ੁਕਰ ਮਨਾਵਣ ਲਈ ਲਾਲਚ ਕਾਹਦਾ। ਕੀ ਉਹ ਸਾਨੂੰ ਸਾਹ ਜਿਹੜੇ ਦਿੱਤੇ ਨੇ ਉਹਨਾਂ ਦਾ ਕੋਈ ਹਿਸਾਬ ਮੰਗਦਾ ਹੈ? ਸਾਡੇ ਰਿਜ਼ਕ ਦਾ ਹਿਸਾਬ? ਕਦੀ ਕਦੀ ਮੈਂ ਸੋਚਣਾ, ਲਾਲਚ ਕਾਹਦਾ, 70 ਹੂਰਾਂ, ਜੰਨਤ,
ਦੁੱਧ ਦੀਆਂ ਨਹਿਰਾਂ, ਉੱਚੇ ਉੱਚੇ ਮਹਿਲ, ਕਿਉਂ ਫਿਰ ਮੈਂ ਸੋਚਣਾ ਹੈ ਕਿ ਮੌਲਵੀ ਸਾਹਿਬ ਦੱਸਦੇ ਨੇ ਕਿ ਜੰਨਤ ਵਿੱਚ ਤੁਹਾਨੂੰ ਕੁਛ ਨਹੀਂ ਕਰਨਾ ਪਏਗਾ, ਤੁਸੀਂ ਜੋ ਸੋਚੋਗੇ ਤੁਹਾਡੇ ਸਾਹਮਣੇ, ਜੋ ਚਾਹੋਗੇ ਹਾਜ਼ਰ। ਮੈਂ ਕੀ ਕਰਾਂਗਾ ਉੱਥੇ? ਮੈਂ ਤਾਂ ਆਪਣੇ ਸੰਗੀਆਂ ਨਾਲ ਕਦੀ ਬੋਲਣਾ ਵਾਂ, ਹੱਸਣਾ ਵਾਂ, ਖੇਡਣਾ ਵਾਂ। ਮਿੱਟੀ ਦੀ ਖੁਸ਼ਬੂ ਮੇਰੀ ਜ਼ਿੰਦਗੀ ਹੈ। ਮੈਂ ਤਾਂ ਇਸ ਮਿੱਟੀ 'ਚੋਂ ਜਨਮ ਲਿਆ ਹੈ। ਫਿਰ ਇੱਥੋਂ ਦੂਰ ਕਿਵੇਂ ਜਾਵਾਂਗਾ? ਕਦੀ ਕਦੀ ਮੈਂ ਸੋਚਣਾ ਵਾਂ ਕੁਛ ਸੋਚਣਾ ਵਾ, ਸੋਚਦਾ ਸੋਚਦਾ ਮੈਂ ਬਹੁਤ ਦੂਰ ਚਲਾ ਜਾਂਦਾ ਵਾਂ। ਕਦੀ ਕਦੀ ਮੈਂ ਸੋਚਣਾ ਵਾਂ ਇਹ ਬਹੁਤਾ ਜਾਣਨਾ ਵੀ ਕਦੀ ਮਸਲਾ ਬਣਾ ਦਿੰਦਾ, ਅਤੇ ਨਾ ਜਾਣਨਾ ਵੀ ਨਾ। ਫਿਰ ਮੈਂ ਸੋਚਣਾ ਵਾਂ ਕਿ ਜਿਸ ਧਰਮ ਦੇ ਮੰਨਣ ਵਾਲਾ ਮੈਂ, ਉਹਦੇ ਆਗੂ ਰਹਿਬਰ ਨੇ ਤੇ ਫਰਮਾਇਆ ਹੈ ਕਿ ਜਾਣੋ, ਇਲਮ ਹਾਸਿਲ ਕਰੋ, ਮਾਂ ਦੀ ਗੋਦ ਤੋਂ ਲੈ ਕੇ ਕਬਰ ਦੀਆਂ ਕੰਧਾਂ ਤੱਕ। ਫਿਰ ਮੈਂ ਪੁੱਛਣਾ ਵਾਂ ਤੇ ਕਿਉਂ ਕਹਿੰਦੇ ਨੇ ਨਾ 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 ਨਾ, ਐ ਨਾ ਪੁੱਛਣਾ, ਐ ਨਾ ਪੁੱਛੀ ਕਾਫਰ ਹੋ ਜਾਏਗਾ। ਕਿਉਂ ਕਹਿੰਦੇ ਨੇ ਇੰਝ? ਜਾਣਨਾ ਮੇਰਾ ਹੱਕ ਨਹੀਂ? ਸ਼ਾਇਦ ਉਹ ਆਪ ਹੀ ਨਹੀਂ ਜਾਣਦੇ। ਕਦੀ ਕਦੀ ਮੈਂ ਸੋਚਣਾ ਹੈ, ਹਾਂ ਮੈਂ ਸੋਚਣਾ ਹੈ ਕਿ ਚਲੋ ਬਈ ਮੈਨੂੰ ਤਾਂ 70 ਹੋਰਾਂ ਮਿਲ ਜਾਣਗੀਆਂ, ਪਰ ਮੈਂ, ਮੇਰਾ ਦਿਲ ਨਹੀਂ ਮੰਨਦਾ। ਮਤਲਬ ਖੇਡ ਤਾਂ ਸਾਰੀ ਮਹਿਸੂਸਾਤ ਦੀ ਹੈ, ਮਹਿਸੂਸ ਕਰਨ ਦੀ ਹੈ। ਜੀਵਨ ਤਾਂ ਇਹਨੂੰ ਕਹੀਦਾ ਲੜਨਾ, ਹੱਸਣਾ, ਮਨਾਉਣਾ, ਇੱਕ ਸਾਰਤਾ ਹੈ। ਫਿਰ ਮੈਂ ਸੋਚਣਾ ਹੈ ਕਿ ਮੇਰੀ ਸੁਆਣੀ, ਹੋ ਸਕਦਾ ਮੈਂ ਕੁਛ ਚੰਗੇ ਕੰਮ ਨਾ ਕੀਤੇ ਹੋਣ, ਮੇਰੀ ਸੁਆਣੀ ਤਾਂ ਚਲੀ ਗਈ ਪਿਸ਼ਤਾਂ ਵਿੱਚ, ਅਤੇ ਮੇਰਾ, ਅਸੀਂ ਵੱਖਰੇ ਵੱਖਰੇ ਹੋ ਜਾਵਾਂਗੇ, ਕੀ ਬਣੇਗਾ? ਉਸ ਵਿਚਾਰੀ ਦਾ ਕੀ ਕਸੂਰ? ਉਹਨੇ ਬਹੁਤ ਚੰਗੇ ਕੰਮ ਵੀ ਕੀਤੇ, ਮੇਰੇ ਨਾਲ ਰਹਿਣਾ ਚਾਹੁੰਦੀ ਹੈ। ਕਦੀ ਕਦੀ ਮੈਂ ਸੋਚਣਾ, ਸੋਚ ਕਿਤੇ ਵੀ ਜਾ ਸਕਦੀ ਹੈ। ਇੱਕ ਦਿਨ ਮੈਂ ਸੋਚ ਹੀ ਸੋਚ ਵਿੱਚ ਆਪਣੇ ਪਰਮੇਸ਼ਵਰ, ਆਪਣੇ ਰੱਬ ਨਾਲ ਗੱਲ ਕੀਤੀ।
ਮੈਂ ਸਾਰੇ ਦੁੱਖੜੇ ਸੁਣਾਏ, ਅੱਗੋਂ ਫਰਮਾਨ ਆਇਆ, ਉਹ ਜੂਨਾਂ ਚੋਂ ਉੱਤਮ ਮੇਰੇ ਨੂਰ ਬੰਦੇ, ਮੇਰੀ ਅੰਸ਼ ਦੇ ਨਾਂ 'ਤੇ ਮਸਰੂਰ ਬੰਦੇ, ਉਹ ਮਜ਼ਹਬ ਦੀ ਮਸਤੀ 'ਚ ਮਸ਼ਹੂਰ ਬੰਦੇ, ਉਹ ਹੋਣੀ ਅਤੇ ਕਿਸਮਤ ਤੋਂ ਮਜਬੂਰ ਬੰਦੇ, ਤੂੰ ਅੱਜ ਹੋਰ ਦਾ ਹੋਰ ਹੀ ਬਣ ਗਿਆ ਏ, ਤੈਨੂੰ ਕੀ ਬਣਾਇਆ ਸੀ ਕੀ ਬਣ ਗਿਆ ਏ, ਤੇਰਾ ਦਿਲ ਸੀ ਫੁੱਲਾਂ ਤੋਂ ਨਾਜ਼ੁਕ ਬਣਾਇਆ, ਉਹਦੇ ਵਿੱਚ ਸੀ ਦਰਦਾਂ ਦਾ ਅਹਿਸਾਸ ਪਾਇਆ, ਤੇਰੇ ਤਨ 'ਚ ਬੁੱਧੀ ਦਾ ਦੀਵਾ ਜਗਾਇਆ, ਅਕਲ ਦਾ ਮੁਹੱਬਤ ਦੇ ਨਾਲ ਇੱਕ ਫੁਆਰਾ ਸੀ ਲਾਇਆ, ਤੇਰੇ ਨਾਲ ਗੰਢਿਆ ਉਹ ਪਿਆਰਾਂ ਦਾ ਰਿਸ਼ਤਾ, ਕੀ ਲੱਗਾ ਕਰਨ ਕਿ ਲੱਗਾ ਕਰਨ ਰਸ਼ਕ ਹਰ ਇੱਕ ਫਰਿਸ਼ਤਾ, ਤੇਰੇ ਜ਼ਿੰਮੇ ਲਾਈ ਸੀ ਸੱਚ ਦੀ ਹਿਮਾਇਤ, ਮੁਥਾਜੀ ਤੋਂ ਕਿਰਨਾ ਤੋਂ ਗੁਲਾਮੀ ਤੋਂ ਨਫ਼ਰਤ, ਦੁਖੀ ਵਾਸਤੇ ਦਰਦ ਹੰਝੂ ਅਤੇ ਖਿਦਮਤ, ਤੇਰੇ ਕੋਲ ਸੀ ਅਮਨ ਜੱਗ ਦੀ ਅਮਾਨਤ, ਸਹਿ ਹੋਣੀ ਅਤੇ ਕਾਦਰ ਅਤੇ ਕਿਸਮਤ ਦਾ ਸੁਆਮੀ, ਲਿਖੀ ਨਹੀਂ ਸੀ ਤੈਨੂੰ ਕਿਸੇ ਦੀ ਗੁਲਾਮੀ, ਪਰ ਅੱਜ ਤੂੰ ਫੜੇ ਨੇ ਇੱਕ ਹੀ ਉਲਟ ਚਾਲੇ, ਤੇਰੇ ਅਮਲ ਹੋ ਗਏ ਨੇ ਮੱਸਿਆ ਤੋਂ ਕਾਲੇ, ਤੇਰੇ ਹੱਥ 'ਚ ਛੁਰੀਆਂ ਕੁਹਾੜੇ ਅਤੇ ਪਾਲੇ, ਅਤੇ ਆਂਢੀ ਗੁਆਂਢੀ ਦਾ ਦਿਲ ਛਾਲੇ ਛਾਲੇ, ਮੈਂ ਇਹ ਹਾਲ ਤੱਕ ਤੱਕ ਕੇ ਦੁਖੀ ਹੋ ਰਿਹਾ ਹਾਂ, ਤੇਰੀ ਅਕਲ ਉੱਤੇ ਲਹੂ ਰੋ ਰਿਹਾ ਹਾਂ। ਤੂੰ ਬਣ ਬੈਠੋ ਚਨਾਹ ਤੇ ਰੀਤਾਂ ਦਾ ਕੈਦੀ, ਕਿਤਾਬਾਂ ਅਤੇ ਮੰਦਰਾਂ ਮਸੀਤਾਂ ਦਾ ਕੈਦੀ, ਕਰਾਮਾਤ ਟੂਣੇ ਤਵੀਤਾਂ ਦਾ ਕੈਦੀ, ਨਾ ਬਣਿਓ ਮੁਹੱਬਤਾਂ ਪ੍ਰੀਤਾਂ ਦਾ ਕੈਦੀ, ਦਿਮਾਗੀ ਜ਼ੰਜੀਰਾਂ 81 ਏ ਘੜੀਆਂ, ਤੂੰ ਆਪ ਬਣਾਈਆਂ ਨੇ ਮੈਂ ਤਾਂ ਨਹੀਂ ਘੜੀਆਂ, ਤੇਰੇ ਹੱਥ ਵਿੱਚ
ਮਾਲਾ ਤੇ ਸੀਨੇ 'ਚ ਸਾੜੇ, ਤਿਲਕ ਤੇਰੇ ਮੱਥੇ 'ਤੇ ਹੱਥੀਂ ਕੁਹਾੜੇ, ਮੇਰਾ ਨਾਮ ਲੈ ਲੈ ਤੂੰ ਪਾਏ ਪੁਆੜੇ। ਕਈ ਦਿਲ ਤਰੋੜੇ ਕਈ ਘਰ ਉਜਾੜੇ, ਤੇਰੀ ਪਿੱਠ 'ਤੇ ਮੁਫਤੀ ਹਿਮਾਇਤ ਅਤੇ ਕਾਜ਼ੀ, ਜੋ ਕਾਤਲ ਤੋਂ ਤੈਨੂੰ ਬਣਾ ਦੇਣ ਗਾਜ਼ੀ। ਦਲੀਲਾਂ ਨੂੰ ਛੱਡ ਕੇ ਕਿਆਸਾਂ ਨੂੰ ਮੰਨੇ ਤੂੰ, ਸ਼ਰਧਾ ਤੋਂ ਛਿੜ ਕੇ ਦਿਮਾਗਾਂ ਨੂੰ ਡੰਨੇ, ਹਨੇਰੇ ਦਾ ਆਸ਼ਕ ਹੈ ਲੈਂਪਾਂ ਨੂੰ ਭੰਨੇ, ਖੁਦਾਈ 'ਚ ਪਾਨਾ ਏ ਲਕੀਰਾਂ ਤੇ ਬੰਨੇ, ਜੋ ਸੱਚੀ ਸੁਣਾਏ ਉਹ ਤੈਨੂੰ ਬੁਰਾਏ, ਕਲੇਜਾ ਹੈ ਉਹਦਾ ਤੇ ਤੇਰਾ ਚੁਰਾਏ। ਤੂੰ ਮੰਦਰ ਤੋਂ ਚਿੜ ਖਾ ਕੇ ਮਸਜਿਦ ਨੂੰ ਢਾਇਆ ਅਤੇ ਮਸਜਿਦ ਨੂੰ ਢਾ ਕੇ ਗੁਰਦੁਆਰਾ ਬਣਾਇਆ, ਤੇਰਾ ਰਾਮ ਆਪਣਾ ਅਤੇ ਅੱਲਾ ਪਰਾਇਆ। ਜਿਨ੍ਹਾਂ ਝਗੜਿਆਂ ਵਿੱਚ ਤੂੰ ਮੈਨੂੰ ਰਸਾਇਆ, ਮੇਰੇ ਪੁੱਤਰਾਂ ਨਾਲ ਠੱਗੀਆਂ ਬਹਾਨੇ, ਮੇਰੇ ਨਾਲ ਗੰਢ ਨਾਏ ਆ ਕੇ ਯਰਾਨੇ। ਹਾਂ ਮੈਂ ਸੋਚਣਾ, ਕਦੀ ਕਦੀ ਮੈਂ ਸੋਚਣਾ, ਮੈਂ ਕੀ ਸਾਂ ਕੀ ਹੋ ਗਿਆ, ਕਿੱਧਰ ਜਾਵਾਂ, ਕੀ ਕਰਾਂ, ਕਿਹੜਾ ਮੁਰਸ਼ਦ ਕਿਹੜਾ ਕਾਮਲ ਮੇਰੇ ਕੰਮ ਵੱਲੇ, ਕਦੀ ਕਦੀ ਮੈਂ ਸੋਚਣਾ। ਪੰਜਾਬੀ ਕਲਾਸਿਕ ਟਾਈਮ, ਯੂਸਫ ਪੰਜਾਬੀ ਤੁਹਾਡੇ ਨਾਲ, ਖੁਦ ਕਲਾਮੀ, ਆਪਣੇ ਆਪ ਨਾਲ ਗੱਲਾਂ, ਆਪਣੇ ਅੰਦਰ ਨਾਲ ਗੱਲਾਂ, ਜਿਹੜਾ ਅੰਦਰ ਰਹਿੰਦਾ ਹੈ ਉਹਦੇ ਨਾਲ ਗੱਲਾਂ। ਅੱਛਾ, ਮੈਂ ਉਹਦੇ ਨਾਲ ਬਹੁਤ ਸਾਰੀਆਂ ਗੱਲਾਂ ਕਰਨਾ ਵਾਂ ਜਿਹੜੀਆਂ ਸ਼ਾਇਦ ਤੁਹਾਨੂੰ ਸ਼ਾਇਦ ਨਾ ਦੱਸ ਸਕਣਾ ਜਾਂ ਤੁਸੀਂ ਸੁਣ ਨਾ ਸਕੋ। ਉਹ ਮੇਰਾ, ਮੈਂ ਉਹਦਾ, ਨਿਆਜ਼ ਨਜ਼ਮੀ ਸਭ ਸੁਣ ਰਹੇ ਨੇ। ਮੁਹੱਬਤਾਂ, ਪਿਆਰ, ਸਲਾਮਤ ਰਹੋ। ਅਸਲਮ ਅਲਵੀ ਸਾਹਿਬ,
ਸਲਾਮਤ ਰਹੋ, ਯਾਲਾ ਤੁਹਾਡੇ ਵਿਹੜੇ 'ਚ ਖੁਸ਼ੀਆਂ, ਗਾਵਣ, ਹੱਸਣ, ਨੱਚਣ, ਤੁਹਾਡੀ ਆਪਣੀ ਮੁਹੱਬਤ ਔਰ ਪਿਆਰ ਹੈ, ਤੁਹਾਡਾ ਇਤਰਾਮ ਸਲਾਮਤ ਰਹੇ। ਮਜ਼ਰ ਸੁਮਰੋ ਸਾਹਿਬ, ਜਿਉਂਦੇ ਰਹੋ। ਕਾਕਾ ਜੀ ਲਕਸ਼ਮੀ ਤੋਂ ਇਹਨਾਂ ਦਾ ਬੇਟਾ ਸਾਡਾ ਭਤੀਜਾ ਹਮਜ਼ਾ, ਉਹਨਾਂ ਦੀ ਸਾਲਗਿਰਹ, ਉਹਨਾਂ ਵਾਸਤੇ ਬਹੁਤ ਸਾਰੀਆਂ ਦੁਆਵਾਂ, ਬਹੁਤ ਸਾਰਾ ਪਿਆਰ। ਰੱਬ ਸੋਹਣਾ ਲੰਮੀ ਹਯਾਤੀ ਦੇਵੇ, ਖੁਸ਼ੀਆਂ ਭਰੀ, ਤੰਦਰੁਸਤੀ। ਅਹਿਮ ਸ਼ਹਿਜ਼ਾਦ ਸਾਹਿਬ, ਮਾਪਤਾ ਨੂਰ, ਬਹੁਤ ਸਿਆਣੇ ਹੋ ਤੁਸੀਂ, ਬਹੁਤ ਸੋਹਣੀ ਗੱਲ ਕੀਤੀ ਹੈ। ਪਤਾ ਕੀ ਕਹਿੰਦੀ ਨੂਰ ਆਪਣੇ ਆਪ ਨਾਲ ਗੱਲਾਂ ਕਰਦੀ? ਕਹਿੰਦੀ ਪਹਿਲਾਂ ਤਾਂ ਸਾਨੂੰ ਜੰਨਤ 'ਚੋਂ ਕੱਢਿਆ ਸੀ, ਫਿਰ ਜੰਨਤ ਦਾ ਹੀ ਲਾਲਚ, ਅਤੇ ਕੱਢਿਆ ਕਿਉਂ ਸੀ? ਜੇ ਫਿਰ ਵਾਪਸ ਉੱਥੇ ਹੀ ਬੁਲਾਉਣਾ ਸੀ ਤਾਂ ਮੇਜਰ ਜ਼ਕੀ ਮਲਿਕ ਸਾਹਿਬ, ਬਹੁਤ ਪਿਆਰ, ਬਹੁਤ ਮੁਹੱਬਤ ਇਹਨਾਂ ਦੀ। ਕਹਿੰਦੇ ਨੇ ਕਿ ਅਸਲ ਵਿੱਚ ਖੁਦ ਕਲਾਮੀ ਅਸੀਂ ਉਦੋਂ ਕਰਦੇ ਹਾਂ ਜਦੋਂ ਜਾਂ ਤਾਂ ਤਨਹਾਈ ਦਾ ਸ਼ਿਕਾਰ ਹੁੰਦੇ ਹਾਂ, ਜਾਂ ਫਰਸਟ੍ਰੇਸ਼ਨ ਸਾਡੇ ਅੰਦਰ ਬਹੁਤ ਜ਼ਿਆਦਾ ਹੋ ਜਾਂਦੀ, ਔਰ ਅਸੀਂ ਆਪਣੇ ਆਪ ਨਾਲ ਉਹ ਗੱਲ ਕਰਦੇ ਹਾਂ ਜਿਹੜੀ ਅਸੀਂ ਬਾਹਰ ਨਹੀਂ ਕਰ ਸਕਦੇ। ਆਏ ਕਿਸ ਤਰ੍ਹਾਂ ਦੇ ਡਰ ਨੇ ਸਾਡੇ ਆਪਣੇ ਹੀ ਲੋਕਾਂ ਕੋਲੋਂ। ਅਸੀਂ ਉਹਦਾ ਨਾਂ ਲੈ ਕੇ ਉਹਦੇ ਬੰਦਿਆਂ ਨੂੰ ਮਾਰਦੇ। ਪੰਜਾਬੀ ਕਲਾਸਿਕ ਟਾਈਮ, ਯੂਸਫ ਪੰਜਾਬੀ ਤੁਹਾਡੇ ਨਾਲ। ਕਿ ਤੁਸੀਂ ਵੀ ਖੁਦ ਕਲਾਮੀ ਕਰਦੇ ਹੋ? ਕਿੰਨੀ ਕਰਦੇ ਹੋ? ਕੀ ਗੱਲਾਂ ਕਰਦੇ ਹੋ? ਦੱਸ ਸਕਦੇ ਹੋ? ਮੈਨੂੰ ਯਕੀਨ ਹੈ ਮੇਰੇ ਪਿਆਰੇ ਸੁਣਨ ਵਾਲੇ ਮੌਜੂਆਤੀ ਗੱਲ ਹੀ ਕਰਨਗੇ ਔਰ ਮੌਜੂ 'ਤੇ ਹੀ ਰਹਿਣਗੇ। ਬਹੁਤ ਸਾਰੇ ਪਿਆਰੇ ਸਿਰਫ ਮੌਜੂ 'ਤੇ ਸਾਂਝ ਪਾਉਂਦੇ ਨੇ, ਬਲਕਿ ਬਹੁਤ ਸਾਰੇ ਸੱਜਣ ਐਸੇ ਨੇ ਜਿਹੜੇ ਸਿਰਫ ਸੁਣਦੇ ਨੇ ਕੰਨ ਲਾ ਕੇ। ਸਲਾਮਤ ਰਹੋ। ਹਮ ਕਲਾਮੀ ਕਰ ਸਕਦੇ ਹੋ, ਬੇਸ਼ੱਕ ਮੇਰੇ ਨਾਲ ਗੱਲ ਨਾ ਕਰੋ, ਇੰਝ ਹੀ ਤੁਸੀਂ ਆਪ ਬੈਠੇ ਹੋ ਔਰ ਆਪਣੇ ਆਪ ਨਾਲ ਗੱਲਾਂ ਕਰ ਰਹੇ ਹੋ। ਕਿਹੜਾ ਪਿਆਰਾ ਹਮ ਕਲਾਮ ਹੈ। ਹੈਲੋ, ਅਸਲਾਮ ਵਾਲੇਕੁਮ ਸਰ। ਬਿਸਮਿਲ੍ਲਾ ਸਰ, ਨੀਮ ਚਿਨੀ ਸੇ ਗੱਲ ਕਰ ਰਹੇ ਹਾਂ, ਕਰੀਮ ਪਾਕ ਤੋਂ। ਜੀ ਬਿਸਮਿਲ੍ਲਾ ਜੀ, ਆਇਆਂ ਨੂੰ। ਇੱਕ ਹਥਿਆਰ ਇਹੋ ਜਿਹਾ ਖਿੱਚਿਆ ਤੁਸੀਂ ਕਿ ਜਿਹੜਾ ਜ਼ੀ ਸ਼ਵਰ ਆਦਮੀ ਹੈ ਨਾ ਜੀ, ਉਹ ਖੁਦ ਕਲਾਮੀ ਕਰਦਾ। ਚੰਦ ਲਾਈਨਾਂ ਪਹਿਲਾਂ ਮੈਂ ਗੁਜ਼ਾਰਿਸ਼ ਕਰਾਂਗਾ। ਜੀ ਬਿਸਮਿਲ੍ਲਾ। ਬਗਦਾਦ ਸ਼ਹਿਰ ਦੀ ਕਿਆ ਹੈ ਨਿਸ਼ਾਨੀ, ਉੱਚੀਆਂ ਲੰਮੀਆਂ ਚੀਰਾਂ ਹੋ, ਤਨ ਮਨ ਮੇਰਾ ਪੁਰਜ਼ੇ ਪੁਰਜ਼ੇ, ਜਿਵੇਂ ਦਰਜੀ ਦੀਆਂ ਲੀਰਾਂ ਹੋ, ਇਹਨਾਂ ਲੀਰਾਂ ਦੀ ਗੱਲ ਕਫਨੀ ਪਾ ਕੇ, ਰਾਲਸਾਂ ਥਨ ਫਕੀਰਾਂ ਹੋ, ਬਗਦਾਦ ਸ਼ਹਿਰ ਦੇ ਟੁਕੜੇ ਮਨਸਾਂ, ਕਰਸਾ ਮੀਰਾ ਮੀਰਾ ਹੋ। ਸਰ ਵਕਤ ਘੱਟ ਹੈ, ਇਹੋ ਜਿਹਾ ਮੋਦੂ ਛੱਡਿਆ ਹੈ ਅੱਜ ਤੁਸੀਂ, ਮਤਲਬ ਕਿ ਮੋਦੂ ਰੱਖਿਆ ਹੈ ਜੇ ਕਿ ਮੁਮਕਿਨ ਹੈ ਬੇਸ਼ੁਮਾਰ ਇਤਰਾਜ਼ਾਤ ਹੋਣ ਜੀ, ਲੇਕਿਨ ਦਿਲ ਦੀ ਗੱਲ ਦੀ ਇਜਾਜ਼ਤ ਦਿੱਤੀ ਹੈ, ਤੁਸੀਂ ਕਰ ਸਕਦੇ ਹੋ। ਸਰ ਸਭ ਤੋਂ ਪਹਿਲੇ ਮੈਂ ਚੀਜ਼ ਕਹਾਂਗਾ ਕਿ ਅਮਨ ਤੋਂ ਬਿੱਲਾ ਅੱਲਾ ਦੀ ਦਾਤ ਇਮਾਨ ਹੈ ਜੀ, ਬਿਸਮ ਅੰਬੀਆ ਕਰਾਮ ਤੇ, ਬੇਸ਼ੱਕ ਕੁਦਰੇ ਪਾਕ ਤੇ, ਬੇਸ਼ੱਕ
ਕਿਤਾਬਾਂ ਤੇ ਇਲਾਨੀ ਕਿਤਾਬਾਂ ਜੀ ਠੀਕ ਹੈ ਪੈਦਾ ਹੋਣਾ ਮਰਨਾ ਜੀ ਪੈਦਾ ਹੋਣਾ ਜੀ ਲਾ ਇਲਾਹ ਇਲੱਲਾ ਮੁਹੰਮਦ ਰਸੂਲੁਲਲਾਹ ਫਿਰ ਇੱਕ ਸਵਾਲ ਅਕਸਰ ਮੈਂ ਇਸ ਤਰਫ ਸਾਰੇ ਕਰਨ ਹੁੰਦਾ ਜੀ ਜਵਾਬ ਨਹੀਂ ਦਿੰਦੇ ਸਰ ਸਵਾਲ ਇਹ ਹੈ ਕਿ ਜਿਥਲੇ ਆਦਮ ਦੀ ਤਖਲੀਕ ਹੋ ਰਹੀ ਸੀ ਮਰਹਲ ਸੀ ਜੀ ਯਾਨੀ ਕਿ ਮਿੱਟੀ ਪਾਣੀ ਅੱਗ ਤੇ ਹਵਾ ਚਾਰ ਮੁਰੱਕਬ ਨੇ ਜੀ ਅੱਲਾ ਦੀ ਜ਼ਾਤ ਨੇ ਫਰਿਸ਼ਤੇ ਨੂੰ ਕਿਹਾ ਕਿ ਮੈਂ ਆਪਣਾ ਖਲੀਫਾ ਜ਼ਮੀਨ ਤੇ ਭੇਜਣਾ ਜੀ ਅੱਛਾ ਭੇਜਣਾ ਫਰਿਸ਼ਤੇ ਨੇ ਇਲਤਜਾ ਕੀਤੀ ਕਿ ਅੱਲਾ ਕਰੀਮ ਤੁਸੀਂ ਖਲੀਫੇ ਨੂੰ ਜ਼ਮੀਨ ਤੇ ਭੇਜੋਗੇ ਨਾ ਇਹ ਫਸਾਦ ਕਰੇਗਾ ਖੂਨ ਬਹਾਏਗਾ ਜਦ ਕਿ ਆਦਮੀ ਦੀ ਤਖਲੀਕ ਨਹੀਂ ਸੀ ਹੋਈ ਅੱਛਾ ਫਰਿਸ਼ਤੇ ਨੂੰ ਕਿਸ ਤਰ੍ਹਾਂ ਪਤਾ ਲੱਗ ਗਿਆ ਸਵਾਲ ਕਰਨਾ ਉਹ ਜਵਾਬ ਆਉਂਦਾ ਕਿ ਇਹਨਾਂ ਝਗੜੀ ਚ ਨਾ ਜਾਓ ਤੁਹਾਨੂੰ ਕੀ ਲੱਭੇਗਾ ਅੱਛਾ ਕੀ ਲੱਭੇਗਾ ਤੇ ਕੁਰਾਨ ਪਾਕ ਦੀ ਮੁਤਜਿਨ ਕਿਉਂ ਹੀ ਸੂਰਤਾਂ ਜਿਹੜੀਆਂ ਸਰ ਬੇਸ਼ੁਮਾਰ ਸਵਾਲ ਨੇ ਜੀ ਜੀ ਬੇਸ਼ੁਮਾਰ ਸਵਾਲ ਨੇ ਜੀ ਬਿਲਕੁਲ ਠੀਕ ਹੈ ਫਿਰ ਪਾਕ ਦੇ ਬਹੀ ਦਾ ਨਜ਼ੂਲ ਹੁੰਦਾ ਸੀ ਕਫੀਅਤ ਪੁੱਛੀ ਗਈ ਫਰਮਾਇਆ ਕੱਪ ਕਦੀ ਵੀ ਤਾਰੀ ਹੁੰਦੀ ਹੈ ਘੰਟੀਆਂ ਵੀ ਵੱਜਦੀਆਂ ਨੇ ਫਿਰ ਅਸੀਂ ਬਾਅਦ ਮਜ਼ਾਹਬ ਦੇਖਦੇ ਹਾਂ ਮਜ਼ਾਹਬ ਘੰਟੀਆਂ ਵਜਾਉਂਦੇ ਨੇ ਉਹ ਘੰਟੀਆਂ ਕਿੱਥੋਂ ਆਈਆਂ ਕੀ ਤਸੱਵਰ ਹੈ ਕਿਉਂ ਘੰਟੀਆਂ ਵਜਾਉਂਦੇ ਨੇ ਹਜ਼ਰਤ ਮੂਸਾ ਅਲੈਹਿ ਸਲਾਮ ਆਪਣੀ ਜ਼ੌਜ ਮੁਹਤਰਮਾ ਨੂੰ ਲੈ ਕੇ ਸ਼ੈਬ ਅਲੈਹਿ ਸਲਾਮ ਦੇ ਕੋਲ ਆਏ ਨੇ ਵਾਦੀ ਸੀਨੇ ਚੋਂ ਗੁਜ਼ਰ ਰਹੇ ਨੇ ਮੁਕਾਮ ਤੂਆ ਆਇਆ ਵਾਦੀ ਤੂਆ ਬੀਵੀ ਨੂੰ ਕਿਹਾ ਠਹਿਰੋ ਸਾਹਮਣੇ ਅੱਗ ਨਜ਼ਰ ਆ ਰਹੀ ਹੈ ਮੈਂ ਲੈ ਕੇ ਆਨਾ ਤੁਸੀਂ ਅੱਗ ਤਾਪੋ ਅੱਗੇ ਗਏ ਜੀ ਫਰਮਾਇਆ ਕਿ ਮੈਂ ਅੱਲਾ ਹਾਂ ਜੁੱਤੀਆਂ ਉਤਾਰ ਦਿਓ ਮੁਕੱਦਸ ਵਾਦੀ ਚ ਗਿਓ ਨਬੂਵਤ ਦਾ ਇਜ਼ਹਾਰ ਹੋ ਗਿਆ ਨਾ ਇਬਰਾਨੀ ਜ਼ਬਾਨ ਚ ਅੱਛਾ ਦੇਖੋ ਸਰ ਸਵਾਲ ਹੁੰਦਾ ਹੈ ਅੱਗ ਜੀ ਇਹਨਾਂ ਦਾ ਤਸੱਵਰ ਸਾਹਮਣੇ ਆਇਆ ਮੈਂ ਨੂਰ ਅੱਲਾ ਸਦੀਆਂ ਗੁਜ਼ਰ ਗਈਆਂ ਨੇ ਜੀ ਜ਼ਰਦੁਸ਼ਤਾਂ ਨੂੰ ਦੇਖਦੇ ਆ ਉਹ ਅੱਗ ਦੀ ਪੂਜਾ ਕਰਦੇ ਨੇ ਮਥੇ ਕੌਣ ਜਵਾਬ ਦੇਗਾ ਅੱਛਾ ਫਿਰ ਕੁਰਾਨ ਪਾਕ ਜਿਹਾ ਜ਼ਿਕਰ ਆਉਂਦਾ ਹੈ ਕਿ ਤੁਸੀਂ ਸਭ ਮੇਰੀ ਜੰਨਤ ਤੋਂ ਨਿਕਲ ਜਾਓ ਜੁਮਾ ਦਾ ਠੀਕ ਹੈ ਅੱਛਾ ਮੈਂ ਪੁੱਛਿਆ ਮੈਂ ਕਿਹਾ ਜੀ ਕਿ ਇਹ ਅੰਮਾ ਹਵਾ ਤੇ ਬਾਬੇ ਆਜ਼ਮ ਦੀ ਔਲਾਦ ਵੀ ਸੀ ਜਿਹੜੀ ਕਿ ਸਾਰੇ ਨੂਰਲਿਆਂ ਨੇ ਕਿਹਾ ਜਿੰਨਤ ਨਿਕਲ ਜਾਓ ਕੋਈ ਜਵਾਬ ਨਹੀਂ ਦਿੱਤਾ ਇਹ ਬੇਸ਼ੁਮਾਰ ਚੀਜ਼ਾਂ ਤੁਸੀਂ ਜ਼ਿਕਰ ਕੀਤਾ ਸਰ ਤੁਸੀਂ ਕਿ ਅੱਲਾ ਸ਼ਹਿਰ ਕਰੀ ਇਹ ਵੀ ਮੈਂ ਸਵਾਲ ਕੀਤਾ ਇਸ ਤਫਸਾਰੀ ਚ ਮੈਂ ਕਿਹਾ ਦੇਖੋ ਜੀ ਜਦ ਅੱਲਾ ਦੀ ਜ਼ਾਤ ਸ਼ਹਿਰ ਦੇ ਕਰੀਬ ਹੈ ਤੇ ਜਿਬਰ ਅਲ ਅਮੀਨ ਕਿਉਂ ਪਾਇਆ ਵਿੱਚ ਸਭ ਕੁਝ ਕਰ ਸਕਦਾ ਸੀ ਇਹੀ ਜਵਾਬ ਹੈ ਵੀ ਕਿਉਂ ਪੁੱਛਦੇ ਸਰ ਬਹੁਤ ਸਵਾਲ ਜਵਾਬ ਨੇ ਗੀਤਾ ਤੋਂ ਲੈ ਕੇ ਕੁਰਾਨ ਪਾਕ ਦਾ ਮੁਤਾਲਿਆ ਬੜੀ ਵੱਡੀ ਲਾਇਬ੍ਰੇਰੀ ਕੋਈ ਕਿਤਾਬ ਨਾ ਹੋਵੇ ਸਰ ਬੇਸ਼ੁਮਾਰ ਸਵਾਲ ਨੇ ਮਗਰ ਮੈਂ ਹੱਕ ਨੀ ਮਾਰਨਾ ਇੱਕੋ ਹੀ ਲਫ਼ਜ਼ ਅੱਬੇ ਕਹਿੰਦੇ ਹੁੰਦੇ ਸਨ
ਕਹਿੰਦੇ ਹੁੰਦੇ ਸਨ ਮੁੱਲਾ ਤੇ ਮਿਸਾਲ ਚੀ ਦੋਹਾਂ ਇੱਕੋ ਚੀ ਦੋਹਾਂ ਇੱਕੋ ਚੀ ਲੋਕਾਂ ਕਰਦੇ ਚਾਨਣਾ ਆਪ ਹਨੇਰੇ ਨੇ ਸਾਨੂੰ ਕੁਫਰ ਦਾ ਫਤਵਾ ਸਾਡੇ ਤੇ ਲਾ ਦਿੰਦੇ ਲੇਕਿਨ ਜਾਂਦੇ ਜਾਂਦੇ ਮੈਂ ਫਿਰ ਵੀ ਡਰਨਾ ਕਿਉਂਕਿ ਨੱਕ ਥਿਲਵੇਂ ਮੇਰਾ ਹਾਲੇ ਮਹਾਦ ਤੋਂ ਲੈ ਕੇ ਲਾਹ ਤੱਕ ਲਵੇ ਗਏ ਮੌਲਾ ਕਰੀਮ ਹੀ ਉਹ ਸਵਾਲ ਨੇ ਜਿਹੜੇ ਕਿ ਤੂੰ ਆਪਣੇ ਖੁਰਾਣੇ ਪਾ ਕੇ ਲਿਖੇ ਹੋਏ ਨੇ ਅਗਰ ਕੋਈ ਮੇਰੇ ਕੋਲ ਗਲਤੀ ਹੋਈ ਹੈ ਆਪਣੀ ਸ਼ਾਨੇ ਰਮੀ ਕਰੀਮੀ ਦੇ ਸਦਕੇ ਮੈਂ ਮਾਫ਼ ਕਰ ਦੇ ਆਮੀਨ ਯਾ ਰੱਬੁਲ ਆਲਮੀਨ ਤੇ ਹੋਰ ਵੀ ਮੇਰੇ ਭੈਣਾਂ ਭਰਾ ਆਣ ਇਸਾਫਾਨ ਜੀ ਬਿਸਮਿਲ੍ਲਾ ਇੱਕ ਅਜੀਬ ਕਫੀਅਤ ਆ ਰਹੀ ਹੈ ਇਸਲੇ ਸਲਾਮਤ ਜਿੱਥੇ ਕਿ ਆਲਮੀ ਲਾਸੂਤ ਚੋਂ ਗੁਜ਼ਰ ਰਹੇ ਆ ਜੀ ਆਲਮੀ ਜਬਰੂਤ ਚੋਂ ਗੁਜ਼ਰ ਰਹੇ ਆ ਆਲਮੀ ਮਲਕੂਤ ਚੋਂ ਗੁਜ਼ਰ ਰਹੇ ਆ ਆਲਮੀ ਲਾਹੂਤ ਚੋਂ ਗੁਜ਼ਰ ਰਹੇ ਆ ਜਿੱਥੇ ਆ ਕੇ ਇਨਸਾਨ ਸਿਰਾ ਫਿੱਲਾ ਹੋ ਜਾਂਦਾ ਬਲੀ ਕਹਿੰਦਾ ਹੈ ਅਮੇ ਕਿ ਤਰਾ ਜੋ ਹੈ ਸੀ ਪਹਿਲੇ ਪ੍ਰੋਗਰਾਮ ਵਿੱਚ ਔਲੀਆ ਕਰਾਮ ਕਹਿੰਦੇ ਨੇ ਕਿ ਸਾਡਾ ਹੱਥ ਹਰ ਵੇਲੇ ਉਸ ਦੇ ਪਾਸ ਦੀ ਜੇਬ ਵਿੱਚ ਹੁੰਦਾ ਹੈ ਜਦੋਂ ਚਾਹੀਏ ਜੋ ਚਾਹੀਏ ਸੀ ਕਰ ਪਹਿਲਾ ਪਾਕ ਤੁਹਾਨੂੰ ਅੱਜ ਦੇ ਪ੍ਰੋਗਰਾਮ ਦਾ ਅੱਗੇ ਜ਼ਰੂਰ ਦੇਗਾ ਆਮੀਨ ਬਾਕੀ ਹੀ ਗੁੰਜਲ ਖੋਲ ਦਿਓ ਬਿਸਮਿਲ੍ਲਾ ਬਿਸਮਿਲ੍ਲਾ ਤੁਹਾਨੂੰ ਜ਼ਿੰਦਗੀ ਦੇਵੇ ਸਲਾਮਤ ਸਭ ਦੇ ਵਾਸਤੇ ਸੇ ਸ਼ਾਂਤੀ ਦੀ ਦੁਆ ਆਮੀਨ ਆਮੀਨ ਗੱਲਾਂ ਬਹੁਤ ਨਹੀਂ ਛੋਟਾ ਛੋਟਾ ਮੇਕ ਜਾਂਦੇ ਜੀ ਯਾਦ ਆ ਜੀ ਜੀ ਬਿਸਮਿਲ੍ਲਾ ਕਿਉਂਕਿ ਸਰ ਲਿਖ ਨਹੀਂ ਸਕਦਾ ਜੀ ਜਿੰਦੀ ਲਿਖ ਨੂੰ ਪੜ੍ਹ ਨਹੀਂ ਸਕਦਾ ਬਿਸਮਿਲ੍ਲਾ ਜਨਾਬ ਦੇ ਸੋਚ ਦਾ ਜ਼ਿਕਰ ਕਾਫੀ ਦਵਾ ਕੀਤਾ ਨਾ ਜੀ ਸਲਾਮਤ ਸੋਚ ਜੀ ਜੀ ਸੋਚ ਦੇਖੋ ਸਰ ਸੋਚ ਐਸੀ ਚੀਜ਼ ਹੈ ਹਾਂ ਜਿਹਦੇ ਉੱਤੇ ਪੂਰੀ ਕਾਇਨਾਤ ਦਾ ਨਿਜ਼ਾਮ ਚੱਲ ਜਾਂਦਾ ਜੀ ਬਿਲਕੁਲ ਅਗਰ ਕਿਸੇ ਇਨਸਾਨ ਨੂੰ ਫੜ ਕੇ ਕੀਮਾ ਕੀਮਾ ਕਰਦੀ ਹੈ ਨਾ ਕਿਉਂਕਿ ਇਹ ਸੋਚ ਦਾ ਮਾਦੀ ਵਜੂਦ ਕੋਈ ਨਹੀਂ ਹੈਗਾ ਜੀ ਕਈ ਇਹਨੂੰ ਕਤਲ ਕਰਕੇ ਕੀਮਾ ਕਰ ਦਈਏ ਸੋਚ ਵਿੱਚੋਂ ਕੱਢ ਲਈਏ ਸੋਚ ਫੜੀ ਨਹੀਂ ਜਾਂਦੀ ਲੇਕਿਨ ਨਿਜ਼ਾਮ ਸਾਰੀ ਸੋਚ ਦੇ ਉੱਤੇ ਅੱਲਾਹ ਸੋਹਣੇ ਦੇ ਵਾਲੇ ਆਮੀਨ ਯਾ ਰੱਬੁਲ ਆਲਮੀਨ ਨਈਮ ਚਨੇਸਰ ਸਾਹਿਬ ਅੱਜ ਇੱਕ ਐਸੀ ਗੁਫਤਗੂ ਦੇ ਨਾਲ ਤੁਸੀਂ ਪਹਿਲੀ ਵਾਰੀ ਸੁਣਿਆ ਹੋਏਗਾ ਔਰ ਕਿਆ ਖੂਬਸੂਰਤੀ ਹਮੇਸ਼ਾ ਇਹਨਾਂ ਦੀ ਗੁਫਤਗੂ ਦੇ ਵਿੱਚ ਇੱਕ ਨਿਵੇਕਲਾ ਰੰਗ ਹੁੰਦਾ ਹੈ ਪਰ ਅੱਜ ਇੱਕ ਬਿਲਕੁਲ ਹਟਵਾਂ ਰੰਗ ਔਰ ਮੇਰੀ ਦੁਆ ਇਹਨਾਂ ਵਾਸਤੇ ਕਿ ਰੱਬ ਸੁਣਾ ਇਹਨਾਂ ਦੀ ਸੋਚ ਸਲਾਮਤ ਰੱਖੇ ਭਾਲ ਸਲਾਮਤ ਰੱਖੇ ਔਰ ਇਹੀ ਜ਼ਿੰਦਗੀ ਹੈ ਕਿਸੇ ਚੀਜ਼ ਨੂੰ ਲੱਭਣਾ ਪਾਲਣਾ ਹੱਥ 'ਤੇ ਹੱਥ ਧਰ ਕੇ ਬਹਿਣਾ ਜ਼ਿੰਦਗੀ ਨਹੀਂ ਜੀ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਸਰ ਨਜਮੀ ਅਰਜ਼ ਕਰਦਾ ਜੀ ਬਿਸਮਿਲ੍ਲਾ ਨਜਮੀ ਸਰ ਸਭ ਤੋਂ ਪਹਿਲੇ ਤਾਂ ਮੈਂ ਸਭ ਨੂੰ ਫਿਰ ਅਸਲਾਮ ਅਲੈਕੁਮ ਕਹਾਂਗਾ ਜੀ ਵਾਲੇਕੁਮ ਔਰ ਜੋ ਕੁਛ ਹੋਇਆ ਉਹ ਤਾਂ ਸਭ ਨੂੰ ਪਤਾ ਹੈ ਮੈਂ ਉਹਨਾਂ ਤਮਾਮ ਭੈਣ ਭਾਈਆਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਨਾ ਵਾ ਕਿ ਜਿਨ੍ਹਾਂ ਨੇ ਮੇਰੇ ਵਾਲਦ ਸਾਹਿਬ ਲਈ ਬੜੀਆਂ ਦੁਆਵਾਂ ਕੀਤੀਆਂ ਸਿਹਤ ਲਈ ਉਸ ਤੋਂ ਬਾਅਦ ਮਾਫਰਤ ਲਈ ਫਰਦਨ ਤੇ ਨਾ ਨਹੀਂ ਲੈ ਸਕਦਾ ਇਸ ਲਈ ਇੱਕ ਮਾਈ ਤੌਰ ਤੇ ਸਭ ਦਾ ਮੈਂ ਸ਼ੁਕਰੀਆ ਅਦਾ ਕਰਦਾ ਤੇ ਬਾਕੀ ਅੱਜ ਦਾ ਟਾਪਿਕ ਮਾਸ਼ਾ ਅੱਲਾਹ ਬਹੁਤ ਪਿਆਰਾ ਤੇ ਮੇਰਾ ਖਿਆਲ ਹੈ ਚਨੇਸਰ ਸਾਹਿਬ ਤੋਂ ਬਾਅਦ ਹੁਣ ਕਾਲ ਦੀ ਗੁੰਜਾਇਸ਼ ਨਹੀਂ ਉਹਨਾਂ ਨੇ ਇੰਨੇ ਗੁੰਜਲ ਖੋਲ ਦਿੱਤੇ ਨੇ ਨਾ ਕਿ ਵਾਕਈ ਅਸੀਂ ਡਰਦੇ ਆ
ਸਾਡੇ ਤੇ ਕਿੰਨੇ ਫਤਵੇ ਲੱਗ ਜਾਣ, ਕਿੰਨੇ ਫਤਵੇ, ਔਰ ਲੋਕੀ ਇੱਥੋਂ ਨਿਕਲ ਕੇ ਸਾਨੂੰ ਅੱਲਾ ਮਾਫ ਕਰੇ ਕਿ ਮੁਨ ਕਰਕੇ ਆ ਦੇਣ, ਖਬਰੇ ਕੀ ਕੀ ਕਰੇ। ਹੁਣ ਉਹਦੇ ਵਿੱਚ ਵੇਖੋ ਕਿ ਜਿਸ ਤਰ੍ਹਾਂ ਗੱਲ ਹੋਈ ਕਿ ਫਰਿਸ਼ਤੇ ਨੂੰ ਕਿਸ ਤਰ੍ਹਾਂ ਪਤਾ ਚੱਲ ਗਿਆ ਜੀ ਕਿ ਇਨਸਾਨ ਸ਼ਰ ਫੈਲਾਏਗਾ ਜ਼ਮੀਨ ਤੇ ਜਾ ਕੇ, ਇਹਦਾ ਜਵਾਬ ਕੌਣ ਦੇਗਾ? ਖੁਦਾਵੰਦ ਤਾਲਾ ਸੱਤਰ ਮਾਵਾਂ ਜਿੰਨਾ ਪਿਆਰ ਕਰਦਾ, ਇੱਕ ਮਾਸੂਮ ਬੱਚਾ ਜਦੋਂ ਉਹਦੇ ਤੇ ਕੋਈ ਜਬਰ ਕੋਈ ਜ਼ੁਲਮ ਹੁੰਦਾ ਉਹਦੇ ਤੇ, ਤੁਸੀਂ ਅਖਬਾਰ ਚ ਪੜਿਆ ਵੀ ਹੋਏਗਾ ਉਹਨੂੰ ਮਾਰ ਦਿੱਤਾ ਗਿਆ ਜਿਸ ਤਰ੍ਹਾਂ ਵੀ, ਤੇ ਉਹਦੀ ਮਾਂ ਕਿਸ ਤਰ੍ਹਾਂ ਤੜਫਦੀ ਆ। ਤੇ ਜਦੋਂ ਸੱਤਰ ਮਾਵਾਂ ਜਿੰਨਾ ਪਿਆਰ ਕਰਨ ਵਾਲਾ ਜੀ ਉਸ ਵੇਲੇ ਕੀ ਬੰਦਾ ਮਹਿਸੂਸ ਕਰਦਾ ਜਾਂ ਕੀ ਮਹਿਸੂਸ ਹੁੰਦਾ? ਉਹ ਗੱਲਾਂ ਨੇ ਯੂਸਫ ਸਾਹਿਬ ਜਿਹੜੀਆਂ ਕਿ ਆਮ ਜਾਂ ਆਮ ਨਹੀਂ ਕਰ ਸਕਦੇ ਉਸ ਵੇਲੇ, ਕਿਆ ਮੈਨੂੰ ਕੁਛ ਨੀ ਹੁੰਦਾ, ਬੱਚਾ ਤੜਪ ਰਿਹਾ ਉਹਦੀ ਠੀਕ ਹੈ, ਜਦੋਂ ਜ਼ਲਮ ਜ਼ਲਮ ਸ਼ਕਤ ਵੀ ਜਿਹੜਾ ਹੈਗਾ ਨਾ ਉਹਦਾ ਦਿਲ ਬਹਿਲ ਜਾਂਦਾ, ਅੱਖਾਂ ਚ ਅੱਥਰੂ ਆ ਜਾਂਦੇ। ਤੁਸੀਂ ਤੁਸੀਂ ਕੀ ਸੋਚਦੇ ਹੋ, ਕੀ ਗੁਫ਼ਤਗੂ ਕਰਦੇ ਹੋ ਆਪਣੇ ਆਪ ਨਾਲ? ਮੈਂ ਤੇ ਫਿਰ ਇਹ ਕਹਿੰਦਾ ਵਾਂ ਕਿ ਮੇਰੇ ਮੂੰਹ ਇਹ ਨਿਕਲਦਾ ਕਿ ਯਾ ਖੁਦਾਵੰਦ ਤਾਲਾ ਤੂੰ ਸਭ ਤੇ ਕਰਮ ਕਰ, ਸਭ ਤੇ ਕਰਮ ਕਰ, ਖੈਰ ਹੋਵੇ, ਸਲਾਮਤ ਰਹੋ। ਅਸੀਂ ਖੁਦ ਕਲਾਮੀ ਕਰਨੀ ਹੈ ਔਰ ਖੁਦ ਕਲਾਮੀ ਕਰਨੇ ਆ, ਅਸੀਂ ਆਪਣੀ ਜ਼ਿੰਦਗੀ ਦਾ 60% ਹਿੱਸਾ ਖੁਦ ਕਲਾਮੀ 'ਚ ਗੁਜ਼ਾਰ ਦਿੰਦੇ ਹਾਂ, ਉਹਦੇ 'ਚੋਂ ਬਾਕੀ ਅਸੀਂ ਸੌਂ ਕੇ ਵੀ ਗੁਜ਼ਾਰਨੇ, ਜਿਹੜਾ ਅਸੀਂ ਆਮ ਗੱਲਾਂ ਬਾਤਾਂ ਕਰਨੇ ਉਹਦੇ 'ਚੋਂ 60% ਗੱਲਾਂ ਬਾਤਾਂ ਅਸੀਂ ਆਪਣੇ ਆਪ ਨਾਲ ਕਰਨੇ ਹਾਂ, ਫਿਰ ਕਿਉਂ ਨਹੀਂ ਦੱਸਦੇ ਕੀ ਗੱਲਾਂ ਕਰਨੇ ਆ? ਅਸਲਾਮ ਅਲੈਕੁਮ ਜੀ। ਵਾਲੇਕੁਮ ਅਸਲਾਮ ਜੀ, ਫੌਜੀਆ ਠੀਕ ਹੋ? ਆਵਾਜ਼ ਮੇਰੀ ਹੁਣ ਠੀਕ ਆ ਰਹੀ ਤੁਹਾਨੂੰ? ਚਲੋ ਠੀਕ ਹੋ ਗਿਆ। ਤੇ ਦੱਸੋ ਕੀ ਆਪਣੇ ਆਪ ਨਾਲ ਗੱਲਾਂ ਕਰਦੇ ਹੋ ਤੁਸੀਂ? ਜੀ ਜੀ, ਖੁਦ ਕਲਾਮੀ ਸੋਚਣਾ ਇਨਸਾਨ ਸਖਤ ਹੈ ਨਾ, ਜਿਸ ਤੋਂ ਕਿ ਬਸ ਮੈਂ ਕੱਲੀ ਬੈਠੀ ਹਾਂ, ਠੀਕ ਹੈ, ਮੈਂ ਸੋਚਣਾ ਸ਼ੁਰੂ ਕਰਨੀ ਪਈ ਆ ਕਿ ਯਾ ਅੱਲਾ ਮੇਰਾ ਦੁਨੀਆਂ ਦਾ ਆਉਣ ਦਾ ਮਕਸਦ ਕੀ ਸੀ? ਫਿਰ ਉਸਨੇ ਬਾਰੇ ਮੈਂ ਸੋਚਦੀ ਹਾਂ, ਹਾਂ ਮੇਰਾ ਮਕਸਦ ਸੀ ਕਿ ਮੈਂ ਕੁਛ ਐਸੇ ਕੰਮ ਅੱਲਾ ਤਾਲਾ ਮੇਰੇ ਜ਼ਿੰਮੇ ਕੀਤੇ ਉਹ ਮੈਂ ਕਰ ਦਿੱਤੇ, ਠੀਕ ਹੈ, ਹੋਗੇ ਮੇਰੇ ਵਾਲਦੈਨ, ਮੇਰੇ ਭੈਣ ਭਾਈ ਜਾਂ ਮੇਰੀ ਜ਼ਿੰਦਗੀ ਚ ਜੋ ਕੋਈ ਆਇਆ ਉਸ ਵਾਸਤੇ, ਸ਼ਾਇਦ ਮੈਂ ਉਸ ਵਾਸਤੇ ਕੁਛ ਕਰ ਸਕਾਂ, ਠੀਕ ਹੈ, ਉਹਨੇ ਕਰ ਦਿੱਤਾ। ਫਿਰ ਮੈਂ ਸੋਚਿਆ ਯਾ ਅੱਲਾ ਮੈਂ ਅਗਰ ਦੁਨੀਆਂ ਤਾਂ ਆਈ ਹਾਂ, ਮੈਂ ਆਪਣੀ ਜ਼ਿੰਮੇਦਾਰੀਆਂ ਪੂਰੀਆਂ ਕੀਤੀਆਂ, ਲੇਕਿਨ ਕਿਸੇ ਦੂਸਰੇ ਸ਼ਖਸ ਅਗਰ ਮੇਰੇ ਨਾਲ ਕੁਛ ਜ਼ਿਆਦਾ ਕੀਤੀ ਇਸ ਵਿੱਚ ਕਿਸ ਦਾ ਕਸੂਰ ਹੈ? ਠੀਕ ਹੈ, ਅੱਲਾ ਤਾਲਾ ਫਰਮਾਨਾ ਹੈ ਕਿ ਸੋਚੋ ਹਰ ਚੀਜ਼ ਦੇ ਬਾਰੇ, ਜਿਸ ਵਕਤ ਤਨਹਾਈ ਵਿੱਚ ਸੋਚਣਾ ਸ਼ੁਰੂ ਕਰ ਸਾਂ ਔਰ ਜਵਾਬ ਜਿਹੜਾ ਉਹ ਆਪਣੇ ਜ਼ਿਹਨ ਵਿੱਚ ਹੀ ਕੁਦਰਤੀ ਤੌਰ ਤੇ ਆ ਜਾਣਾ ਕਿ ਅਗਰ ਮੇਰੇ ਨਾਲ ਕਿਸੇ ਜ਼ਿਆਦਾ ਕੀਤੀ ਸ਼ਾਇਦ ਮੇਰੀ ਕੋਈ ਗਲਤੀ ਹੋਣੀ ਹੈ, ਆਪਣੀ ਗਲਤੀ ਮੰਨ ਲਈ, ਠੀਕ, ਚਲੋ ਉਹ ਜਿਹੜੀ ਜ਼ਿਆਦਾ ਹੋਈ ਉਹ ਵੀ ਭੁੱਲ ਗਏ, ਠੀਕ ਹੈ, ਠੀਕ ਹੈ। ਔਰ ਦੂਸਰਾ ਕਿ ਕਹਿੰਦੇ ਨੇ ਕਿ ਹਰ ਇਨਸਾਨ ਨੇ ਅੰਦਰ ਇੱਕ ਬੱਚਾ
ਔਰ ਹਰ ਇਨਸਾਨ ਦੇ ਅੰਦਰ ਇੱਕ ਵੱਡਾ ਹੈ, ਠੀਕ ਹੈ, ਆਪਣਾ ਜਿਹੜਾ ਬੱਚਾ ਹੈ ਉਹ ਨਾ ਮਰਨ ਦਿਓ, ਕਿਉਂਕਿ ਬੱਚਾ ਜਿਹੜਾ ਨਾ ਉਹ ਮਜਬੂਰ ਕਰਨਾ ਕਿ ਸਵਾਲ ਕਰੋ, ਬੱਚਾ ਸਭ ਨੂੰ ਸਵਾਲ ਕਰਨਾ, ਔਰ ਜਦੋਂ ਤੱਕ ਤੁਸੀਂ ਸਵਾਲ ਕਰੋਗੇ ਤੇ ਤੁਸੀਂ ਚੀਜ਼ਾਂ ਵੀ ਸਮਝਣ ਦੀ ਕੋਸ਼ਿਸ਼ ਕਰ ਸਕੋ, ਅਗਰ ਤਨਹਾ ਹੋ, ਅਗਰ ਤੁਸੀਂ ਅੱਛਾ ਮੈਂ ਫਿਰ ਤਨਹਾਈ ਵਿੱਚ ਹੋਵਾਂ ਤਾਂ ਵੀ ਸੋਚਣੀ ਹੈ, ਲੇਕਿਨ ਅਗਰ ਮੈਂ ਬਹੁਤ ਜ਼ਿਆਦਾ ਅਜੂਮ ਵਿੱਚ ਹੋਵਾਂ ਨਾ ਤਾਂ ਵੀ ਮੇਰਾ ਜ਼ਿਹਨ ਜਿਹੜਾ ਗੱਲਾਂ ਕਰਨ ਲੱਗਿਆ ਹੋਣਾ ਮੇਰੇ ਨਾਲ, ਠੀਕ ਹੈ, ਔਰ ਜਿਹੜਾ ਬੱਚਾ ਨਾ ਬਈ ਉਸ ਕੀ ਤੁਸੀਂ ਮਰਨ ਨਾ ਦਿਓ, ਤੁਸੀਂ ਸਵਾਲ ਕਰ ਸੀ ਇਹ ਕਿਉਂ ਹੈ, ਇਹ ਕਿਸ ਤਰ੍ਹਾਂ ਹੈ, ਕਾਇਨਾਤ ਹੈ, ਕਾਇਨਾਤ ਵਿੱਚ ਅੱਲਾਹ ਤਾਲਾ ਫਰਮਾਇਆ ਨਾ ਕਿ ਕਾਇਨਾਤ, ਕਾਇਨਾਤ ਦੇ ਵਿੱਚ ਤੁਸੀਂ ਫੈਲ ਜਾਓ ਔਰ ਉਸਕੀ ਤੁਸੀਂ ਮਤਲਬ ਕਿ ਸੋਚੋ ਉਸਨੇ ਬਾਰੇ, ਜੇ ਛੋਟੇ ਜਿਹੇ ਜ਼ਰੇ ਦੇ ਬਾਰੇ ਸੋਚਣਾ ਸ਼ੁਰੂ ਕਰ ਸਕਦਾ ਸੀ ਕਿ ਅੱਲਾਹ ਤਾਲਾ ਨੀ ਵਹਦਾਨੀਅਤ ਔਰ ਅੱਲਾਹ ਤਾਲਾ ਦੀ ਕੁਦਰਤ ਜਿਹੜੀ ਹੈ ਨਾ ਉਸਨੇ ਸਮਝਿਆ। ਮੈਂ ਸਮੁੰਦਰ ਨੂੰ ਕਿਨਾਰੇ ਤੇ ਜਾਣੀ ਮੈਨੂੰ ਬੜਾ ਹੀ ਸ਼ੌਕ ਹੈ, ਮੈਂ ਸਮੁੰਦਰ ਦੇ ਕਿਨਾਰੇ ਤੇ ਖੜੀ ਹੁੰਦੀ ਹਾਂ ਤੇ ਮੈਂ ਸਮੁੰਦਰ ਜਿਸ ਨੂੰ ਕਿ ਦੇਖਣੀ ਮੈਂ ਕਹਿੰਦੀ ਯਾ ਅੱਲਾ ਇਤਨਾ ਵੱਡਾ ਸਮੁੰਦਰ ਔਰ ਪਾਣੀ ਨੀ ਇੰਤਹਾ ਹੈ, ਤੇ ਮੇਰਾ ਦਿਲ ਕਹਿੰਦਾ ਕਿ ਮੈਂ ਸਮੁੰਦਰ ਦੇ ਅੰਦਰ ਜਾਵਾਂ, ਅੱਛਾ ਚੱਲਣਾ ਸ਼ੁਰੂ ਕਰਾਂ, ਲੇਕਿਨ ਫਿਰ ਇੱਕਦਮ ਖੌਫ ਆ ਜਾਣਾ, ਨਹੀਂ ਉਹ ਖੌਫ ਕਿੰਨੀ ਕੁਦਰਤ ਦੀ, ਕਿਤਨੀ ਵੱਡੀ ਕੁਦਰਤ ਜਿਸ ਇਤਨਾ ਵੱਡਾ ਸਮੁੰਦਰ ਬਣਾਇਆ, ਖੁਦ ਬਣਾਉਣ ਵਾਲਾ ਸਮੁੰਦਰ ਕਿਤਨਾ ਵੱਡਾ ਹੋਏਗਾ। ਅਗਰ ਮੈਂ ਖੂਬਸੂਰਤ ਜਿਹਾ ਫੁੱਲ ਦੇਖਣੀ ਪਈ, ਮੈਨੂੰ ਫੁੱਲ ਇਤਨਾ ਖੂਬਸੂਰਤ ਲੱਗਣ ਲੱਗਿਆ, ਲੇਕਿਨ ਇਤਨਾ ਖੂਬਸੂਰਤ ਫੁੱਲ ਤੇ ਉਹ ਕੁਦਰਤ ਜਿਸ ਪੈਦਾ ਕੀਤਾ ਉਹ ਕਿਤਨੀ ਖੂਬਸੂਰਤ ਹੋ ਸੀ, ਤੇ ਅਸਾਂ ਕਿੱਥੇ ਦੱਸਿਆ ਜਾਣਾ ਹੈ ਕਿ ਤੁਸੀਂ ਆਪਣੇ ਗਮ, ਆਪਣੇ ਦੁੱਖ, ਆਪਣੀਆਂ ਤਕਲੀਫਾਂ ਇਹਨਾਂ ਦੀ ਰੋਣਾ ਰੋਣਾ, ਨਹੀਂ ਅਗਰ ਤੁਸੀਂ ਉਸ ਵਿੱਚ ਹੋ ਤੁਸੀਂ ਸੋਚਣਾ ਸ਼ੁਰੂ ਕਰ ਸਕੋ ਤੇ ਕੁਦਰਤ ਸਾਨੂੰ ਬਿਲਕੁਲ ਕਰੀਬ ਆ ਕੇ ਸਾਨੂੰ ਜਵਾਬ ਸੰਖਿਆ ਆਪਾਂ ਮਿਲਣਾ ਸ਼ੁਰੂ ਹੋ ਜਾਂਦਾ, ਮਤਲਬ ਇਤਨੀ ਖੂਬਸੂਰਤ ਅੱਗੇ ਤੁਸੀਂ ਇੱਕ ਛੋਟੇ ਜਿਹੇ ਫੁੱਲ ਦੇਖ ਰਹੇ ਹੋ, ਛੋਟਾ ਜਿਹਾ ਜ਼ਰਾ ਦੇਖ ਰਹੇ ਹੋ, ਉਸ ਤੋਂ ਤੁਸੀਂ ਅਗਰ ਸੋਚਣ ਲੱਗਣੇ ਹੋ ਤਾਂ ਅੱਲਾਹ ਤਾਲਾ ਤੁਸੀਂ ਕਿਸ ਤਰ੍ਹਾਂ ਨਜ਼ਰ ਆ ਸੀ ਕਿ ਅੱਲਾਹ ਤਾਲਾ ਤੇ ਬਹੁਤ ਖੂਬਸੂਰਤ ਚੀਜ਼ ਹੈ, ਅੱਲਾਹ ਤਾਲਾ ਬਹੁਤ ਮੁਹੱਬਤ ਕਰਨ ਵਾਲਾ, ਪਿਆਰ ਕਰਨ ਵਾਲਾ, ਪਿਆਰ ਕਰਨ ਵਾਲਾ, ਜਿਸ ਤਰ੍ਹਾਂ ਕਿ ਕਹਿੰਦੇ ਨੇ ਕਿ ਮਾਂ, ਅੱਛਾ ਡਰਾਉਣ ਨਾਲ ਤਾਂ ਸਬਰ ਅੱਲਾਹ ਤਾਲਾ ਨੇ ਬਾਈ ਦੱਸ ਕੇ ਜਾਣਾ, ਇੱਕ ਮਾਂ ਜਿਹੜੀ ਬੱਚੇ ਨਾਲ ਪਿਆਰ ਕਰਨੀ ਹੈ ਤੇ ਉਹ ਵੀ ਬੱਚੇ ਕੀ ਮਤਲਬ ਅੱਗ ਕੋਲ ਨੀ ਜਾਣਾ, ਖਬਰਦਾਰ ਤੂੰ ਅੱਗ ਕੋਲ ਗਿਆ ਤੇ ਮੈਂ ਤੈਨੂੰ ਮਾਰਾਂਗੀ, ਮਾਰ ਦਿਆਂਗੀ, ਲੇਕਿਨ ਮਾਂ ਮਾਰਦੀ ਸੀ ਨਾ ਬੱਚੇ, ਅੱਲਾਹ ਤਾਲਾ ਅਗਰ ਡਰਾ ਰਿਹਾ ਤਾਂ ਅੱਲਾਹ ਤਾਲਾ ਇਨਸਾਨ ਕਿਸ ਤਰ੍ਹਾਂ ਦੇਗੀ ਵੀ ਇਨਸਾਨ ਕੀ ਤਰੋੜ ਮਰੋੜ ਕੇ ਤੇ ਤੂੰ ਸੜਦੇ ਸੀ ਅੱਗ ਵੀ ਸੁੱਟ ਦਿਓ ਤੇ ਆਹ ਕਰ ਦਿਓ ਕਰ ਦਿਓ, ਯਾਨੀ ਤੁਹਾਡਾ ਜਿਹੜਾ ਰੱਬ ਬਾਰੇ ਖਿਆਲ ਇੱਕ ਮੁਹੱਬਤ ਔਰ ਪਿਆਰ ਦਾ, ਇੱਕ ਬੜਾ ਸੌਫਟ ਔਰ ਨਰਮ ਜਿਹਾ ਹਮਦਰਦ, ਖੂਬਸੂਰਤ, ਠੀਕ ਹੋ ਗਿਆ। ਬਹੁਤ ਫੌਜੀਆ, ਬਹੁਤ ਸੋਹਣੀਆਂ ਗੱਲਾਂ ਕੀਤੀਆਂ ਤੁਸੀਂ, ਠੀਕ ਹੈ, ਸਲਾਮਤ ਰਹੋ, ਓਕੇ, ਅੱਲਾ ਹਾਫਿਜ਼, ਅੱਲਾ ਹਾਫਿਜ਼। ਲਓ ਜੀ, ਫੌਜੀਆ ਤਬੱਸਮ ਸਾਡੇ ਨਾਲ ਸਨ, ਹੁਣੇ ਮੈਂ ਇਹੀ ਸੋਚ ਰਿਹਾ ਸਾਂ, ਜਿਹੜੀ ਗੱਲ ਇਹ ਕਰ ਰਹੇ ਨੇ, ਕਦੀ ਕਦੀ ਸੋਚਦਿਆਂ ਸੋਚਦਿਆਂ ਕੋਈ ਐਸੀ ਗੱਲ ਜ਼ਿਹਨ ਵਿੱਚ ਆਉਂਦੀ ਹੈ ਫਿਰ ਫੁਰ ਕਰਕੇ ਉੜ ਜਾਂਦੀ ਹੈ, ਅਤੇ ਇਹਦੇ ਦੌਰਾਨ ਹੀ ਜਦੋਂ ਅਸੀਂ ਇੱਕ ਮਜ਼ਾਹਬ ਦਾ ਤਸੱਵਰ ਲਿਆਉਂਦੇ ਹਾਂ ਅਤੇ ਸਾਡੇ ਜਿਹੜੇ ਜਿਨ੍ਹਾਂ ਨੂੰ ਅਸੀਂ ਇਲਹਾਮੀ ਮਜ਼ਾਹਬ ਕਹਿੰਦੇ ਹਾਂ, ਇਹਨਾਂ ਦੀ ਉਮਰ ਕੋਈ ਅਤੇ 4,000 ਯਾਨੀ ਕਿ ਉਹਦੇ ਦਰਮਿਆਨ ਹੈ, ਔਰ ਉਸ ਤੋਂ ਪਹਿਲੇ ਇਹ ਹੁੰਦਾ ਸੀ ਕਿ ਜਿਵੇਂ ਗੱਲ ਕੀਤੀ ਚਨੇਸਰ ਸਾਹਿਬ ਨੇ ਵੀ ਕਿ ਜਿਹੜੀ ਚੀਜ਼ ਵੀ ਤਾਕਤਵਰ ਹੁੰਦੀ ਸੀ ਉਹਦੀ
ਇਨਸਾਨ ਉਹਦੀ ਪੂਜਾ ਕਰਨੀ ਸ਼ੁਰੂ ਕਰ ਦਿੰਦੇ ਸਨ। ਔਰ ਜਿਵੇਂ ਜਿਵੇਂ ਉਹਨਾਂ ਕੋਲ ਇਲਮ ਸ਼ਊਰ ਵੱਧਦਾ ਗਿਆ ਔਰ ਉਹਨਾਂ ਚੀਜ਼ਾਂ ਨੂੰ ਆਪਣੇ ਵੱਸ ਵਿੱਚ ਕੀਤਾ, ਉਹਨਾਂ ਚੀਜ਼ਾਂ ਨੂੰ ਤਸਖੀਰ ਕੀਤਾ, ਉਹਨਾਂ ਦੀ ਪੂਜਾ ਖਤਮ ਹੋ ਗਈ ਨਾ ਫਿਰ, ਕਿਉਂਕਿ ਉਹਨਾਂ ਨੂੰ ਤਾਂ ਉਹ ਪੜ੍ਹ ਸਕਦੇ ਨੇ। ਮੈਂ ਕਹਿੰਦਾ ਕਿ ਉਹ ਪਹਿਲਾ ਇਨਸਾਨ, ਬਹੁਤ ਵੱਡਾ ਇਨਸਾਨ ਸੀ ਔਰ ਕਮਾਲ, ਉਹ ਉਹ ਇਨਸਾਨ ਦੋਸਤ ਸੀ, ਕਿਉਂਕਿ ਇਨਸਾਨ ਇੱਕ ਸ਼ੈਲਟਰ ਲੱਭਦਾ, ਇੱਕ ਕੀ ਲੱਭਦਾ ਹੈ, ਪਨਾਹ ਲੱਭਦਾ ਹੈ, ਔਰ ਜਿੰਨਾ ਚਿਰ ਉਹਨੂੰ ਪਨਾਹ ਨਹੀਂ ਮਿਲਦੀ ਉਹ ਲਾਵਾਰਸ ਡਰਿਆ ਡਰਿਆ ਸਹਿਮਿਆ ਸਹਿਮਿਆ। ਔਰ ਖੁਦਾ ਨਾ ਖਾਸਤਾ ਇਹ ਤਰੱਕੀ ਇੰਨੀ ਹੋ ਜਾਂਦੀ ਕਿ ਅਸੀਂ ਤਮਾਮ ਚੀਜ਼ਾਂ, ਯਾਨੀ ਅੱਜ ਚੰਨ 'ਤੇ ਵੀ ਪਹੁੰਚ ਗਏ ਹਾਂ, ਸਾਨੂੰ ਤਾਰਿਆਂ ਦਾ ਪਤਾ ਹੈ, ਗਲੈਕਸੀਜ਼ ਦਾ ਪਤਾ ਹੈ, ਸੂਰਜ ਦਾ ਪਤਾ ਹੈ, ਔਰ ਇਹੋ ਜਿਹੇ ਕਾਇਨਾਤ 'ਚ ਹੋਰ ਬਹੁਤ ਸਾਰੇ ਸੂਰਜ ਨੇ, ਇੰਨੀ ਸਾਡੀ ਤਹਿਕੀਕ ਪਹੁੰਚ ਚੁੱਕੀ ਹੈ। ਅਤੇ ਇਨਸਾਨ ਟੁੱਟ ਜਾਣਾ ਸੀ। ਕਰੋੜਾਂ ਸਲਾਮ ਉਸ ਪਹਿਲੇ ਇਨਸਾਨ 'ਤੇ ਜਿਹਨੇ ਰੱਬ ਦਾ, ਈਸ਼ਵਰ ਦਾ, ਪਰਮੇਸ਼ਵਰ ਦਾ, ਖੁਦਾ ਦਾ, ਗੋਡ ਦਾ ਤਸੱਵਰ ਖਿਆਲ ਨਾਲ ਜੋੜਿਆ, ਤਖੈਯੁਲ ਦੇ ਵਿੱਚ, ਔਰ ਇਨਸਾਨ ਜੁੜਨੇ ਸ਼ੁਰੂ ਹੋ ਗਏ। ਪਰ ਉਹ ਹੀ ਇਨਸਾਨ ਉਸੇ ਤਖੈਯੁਲ ਦੇ ਨਾਂ 'ਤੇ, ਉਸੇ ਵਡਿਆਈ ਦੇ ਨਾਂ 'ਤੇ, ਉਸ ਮੁਹੱਬਤ ਕਰਨ ਵਾਲੇ ਦੇ ਨਾਂ 'ਤੇ ਇੱਕ ਦੂਸਰੇ ਨੂੰ ਮਾਰਦੇ ਨੇ। ਕਿਉਂ ਸੋਚਣਾ? ਮੈਂ ਬਹੁਤ ਸੋਚਣਾ ਇਹਦੇ ਬਾਰੇ। ਪੰਜਾਬੀ ਕਲਾਸਿਕ ਟਾਈਮ, ਯੂਸਫ ਪੰਜਾਬੀ ਤੁਹਾਡੇ ਨਾਲ। ਪੰਜਾਬੀ ਕਲਾਸਿਕ ਟਾਈਮ, ਖੁਦ ਕਲਾਮੀ, ਆਪਣੇ ਆਪ ਨਾਲ ਗੱਲਾਂ ਕਰਨੀਆਂ। ਅਸਲਾਮ ਅਲੈਕੁਮ ਜੀ। ਅਸਲਾਮ ਅਲੈਕੁਮ ਜੀ। ਵਾਲੇਕੁਮ ਅਸਲਾਮ। ਕੀ ਹਾਲ ਹੈ ਜੀ? ਮਿਸੇ ਵਲੀ ਅੱਲਾ ਮਲਿਕ, ਆਵਾਜ਼ ਮੇਰੀ ਸਾਫ਼ ਆ ਰਹੀ ਹੈ ਨਾ ਜੀ? ਬਿਲਕੁਲ, ਮਨ ਕਾਰਡ ਪਰ ਲੱਗ ਰਹੀ ਸੀ ਆਪਣੀ ਇੰਟਰਨੈਟੀ ਚ। ਨਹੀਂ ਨਹੀਂ, ਬਿਲਕੁਲ ਠੀਕ ਆ ਰਹੀ ਤੁਹਾਡੀ ਆਵਾਜ਼। ਤੇ ਅੱਜ ਦਾ ਤੁਹਾਡਾ ਮੌਜੂ ਖੁਦ ਕਲਾਮੀ ਜੀ। ਜੀ ਯੂਸਫ ਸਾਹਿਬ, ਖੁਦ ਕਲਾਮੀ ਤੇ ਸੋਚ ਵਿੱਚ ਫਰਕ ਹੁੰਦਾ। ਅੱਛਾ। ਖੁਦ ਕਲਾਮੀ ਇਨਸਾਨ ਆਪਣੀ ਜ਼ਾਤ ਨਾਲ ਕਰਦਾ ਨਾ, ਤੇ ਸੋਚ ਕਿਸੇ ਚੀਜ਼ ਨੂੰ ਵੇਖ ਕੇ ਪੈਦਾ ਹੁੰਦੀ ਹੈ। ਅੱਛਾ। ਹਾਂਜੀ, ਮਤਲਬ ਕੋਈ ਜਿਸ ਤਰ੍ਹਾਂ ਕੁਰਾਨ ਜੀ ਫਰਮਾਇਆ ਮੈਂ ਕਾਇਨਾਤ ਤੁਹਾਡੇ ਲਈ ਬਣਾਈ ਹੈ, ਤੁਸੀਂ ਇਹਨੂੰ ਮੁਸਾਫਰ ਕਰ ਲਓ। ਮਤਲਬ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅੱਲਾ ਨੇ ਸਾਡੇ ਸਾਹਮਣੇ ਪੇਸ਼ ਕੀਤੀਆਂ ਨੇ, ਸਾਨੂੰ ਦਿਖਾ ਰਿਹਾ, ਦੱਸੀਆਂ ਨੇ, ਤਾਂ ਅਸੀਂ ਸੋਚਣਾ ਤੇ ਕਿਸ ਤਰ੍ਹਾਂ ਆ ਗਈਆਂ, ਕਿੰਜ ਬਣੀਆਂ, ਇਹਦੇ ਪਿੱਛੇ ਮੁਹਰਕ ਕੀ ਹੋਏਗਾ, ਅੱਲਾ ਨੇ ਇਹਨਾਂ ਨੂੰ ਬਣਾਉਣ ਦਾ ਮਕਸਦ ਕੀ ਹੈ। ਮਤਲਬ ਇੱਕ ਛੋਟੀ ਚਿਉਂਟੀ ਬਾਜ਼ਾਰ ਤੇ ਛੋਟੀ ਜੀਨੀ ਹੈ ਮਿਲਣੀ ਜੀ, ਲੇਕਿਨ ਉਹ ਵੀ ਤੁਸੀਂ ਆਪਣੀ ਜਾਤ ਨੂੰ ਫਰੋ ਰਹੇ ਹੋ, ਜਿਸ ਤਰ੍ਹਾਂ ਤੁਸੀਂ ਲਗਾਇਆ ਬੁੱਲਿਆ ਕੀ ਜਾਣਾ ਮੈਂ ਕੌਣ, ਠੀਕ ਹੈ ਨਾ, ਕਿਉਂ ਜਿਸ ਬੁੱਲਾ ਆਪਣੀ ਜਾਤ ਨੂੰ ਫਰੋਲ ਰਿਹਾ, ਆਪਣੇ ਆਪ ਨੂੰ ਦੇਖ ਰਿਹਾ, ਆਪਣੇ ਅੰਦਰੋਂ ਦੇਖ ਰਿਹਾ ਕਿ ਮੇਰੇ ਅੰਦਰ ਕੀ ਹੈਗਾ, ਸੱਚ ਕਿੰਨਾ ਤੇ ਝੂਠ ਕਿੰਨਾ। ਲੇਕਿਨ ਉਹਦੇ ਅੱਗੇ ਮੂਸਾ ਔਰ ਫਰਾਉਨ ਵੀ ਤੇ ਹੈ। ਹਾਂਜੀ, ਉਹ ਮਿਸਾਲ ਦੇ ਤੌਰ ਉਹ ਵੀ ਗੱਲ ਹੋਵੇ ਨਾ, ਚਲੋ ਸੋਚ ਔਰ ਖੁਦ ਕਲਾਮੀ ਨੂੰ ਕਿਸੇ ਵੇਲੇ ਮਿਕਸ ਹੋ ਜਾਂਦੀ ਹੈ, ਹਮ ਕਲਾਮ ਇਨਸਾਨ। ਤੇ ਤੁਸੀਂ ਕੀ ਆਪਣੇ ਆਪ ਨਾਲ ਗੱਲਾਂ ਕਰਦੇ ਹੋ?
ਮੇਰੀਆਂ ਗੱਲਾਂ ਤੇ ਮੈਂ ਤੇ ਇਹੋ ਜਿਹੀਆਂ ਨਹੀਂ ਸੋਚਾਂ ਸੋਚਦੀ ਕਿ ਅੱਲਾ ਨੇ ਇਹ ਕਿਉਂ ਬਣਾਇਆ ਤੇ ਨਹੀਂ ਨਹੀਂ ਅਸੀਂ ਅਸੀਂ ਖੁਦਾ ਨਾ ਖਾਸਤਾ ਇਹ ਨਹੀਂ ਕਹਿ ਰਹੇ ਕਿ ਇੱਕ ਸਾਡੀ ਸੋਚ ਔਰ ਹਮ ਕਲਾਮੀ ਇੱਕ ਹਾਂ ਨਹੀਂ ਮੈਂ ਆਪਣੀ ਗੱਲ ਦੱਸ ਰਹੀ ਹਾਂ ਕਿ ਮੈਂ ਜਿਹੜਾ ਰੇਡੀਓ ਤਾਂ ਸੁਣ ਰਹੀ ਹਾਂ ਤੁਸੀਂ ਕੋਈ ਗੁਫ਼ਤਗੂ ਕਰ ਰਹੇ ਹੋ ਕਿਸੇ ਵੀ ਮੌਜੂਦ ਤੇ ਤੇ ਮੈਂ ਉਹਦਾ ਜਵਾਬ ਆਪਣੇ ਅੱਗੇ ਨਾਲ ਬੈਠੀ ਤੁਹਾਨੂੰ ਦਿੰਦੀ ਰਹਿੰਦੀ ਹਾਂ ਕਿ ਨਹੀਂ ਇੰਜ ਨਹੀਂ ਇੰਜ ਹੋਣਾ ਚਾਹੀਦਾ ਸੀ ਜਾਂ ਤੁਸੀਂ ਕੋਈ ਗੁਫ਼ਤਗੂ ਕਿਸੇ ਮੌਜੂਦ ਅੱਗੇ ਕਰ ਰਹੇ ਹੋ ਤਾਂ ਮੈਂ ਕਹਿੰਦੀ ਹਾਂ ਕਦੀ ਇਸ ਵੇਲੇ ਇਹ ਗਾਣਾ ਲੱਗ ਜਾਣਾ ਮੈਂ ਜੀ ਕਹਿੰਦੀ ਹਾਂ ਕਦੀ ਜਿੱਥੋਂ ਤੋਂ ਮੈਂ ਗਾਣਾ ਲਾ ਦੇਣ ਤਾਂ ਮਜ਼ਾ ਹੀ ਆ ਰਿਹਾ ਤੇ ਮੇਰੇ ਪਿੱਛੇ ਬੈਠੇ ਮਲਕ ਸਾਹਿਬ ਅਕਸਰ ਕਹਿੰਦੇ ਨੇ ਕਿਉਂਕਿ ਦੂਸਰੀ ਸੋਚ ਆ ਕੇ ਸੋਚ ਨਾਲ ਖੁਦ ਕਲਾਮ ਹੋਣਾ ਉਹ ਜਰਾ ਗਹਿਰੀ ਹੈ ਨਾ ਬਹੁਤ ਗਹਿਰਾਈ ਵੱਲ ਚਲੀ ਜਾਂਦੀ ਆਮ ਨੋਰਮਲੀ ਖੁਦ ਕਲਾਮੀ ਤੇ ਇਹੋ ਜਿਹੀ ਹੁੰਦੀ ਤੇ ਮੈਂ ਜੋ ਵੀ ਕਹਿੰਦੇ ਨੇ ਦੀਵਾਰੋਂ ਤੇ ਬਾਤ ਕਰਨਾ ਅੱਛਾ ਲੱਗਦਾ ਹੈ ਤੇ ਬਸ ਇਹ ਹੀ ਸੋਚਦੇ ਆ ਔਰ ਬਾਅਦ ਵਿੱਚ ਕਹਿੰਦਾ ਹਮ ਵੀ ਪਾਗਲ ਹੋ ਜਾਏਗੇ ਅਸਲ ਐਸਾ ਲੱਗਦਾ ਹੈ ਹਾਂ ਜੀ ਬਸ ਜਿਸ ਲਈ ਅਸੀਂ ਬੋਲਾਂਗੇ ਤੇ ਲੋਕਾਂ ਨੇ ਫਿਰ ਵੱਟੇ ਚੁੱਕਣੇ ਹੈ ਬਹੁਤ ਬਹੁਤ ਅੱਛਾ ਲੱਗ ਰਿਹਾ ਸਭੀ ਵਾਸਤੇ ਕੋਲ ਆਪਣੇ ਹਿਸਾਬ ਨਾਲ ਸਾਡੇ ਨਾਲ ਹਮ ਕਲਾਮ ਅਸਲਾਮ ਵਾਲੇਕੁਮ ਵਾਲੇਕੁਮ ਅਸਲਾਮ ਜੀ ਬਿਸਮਿਲ੍ਲਾ ਜੀ ਆਇਆਂ ਨੂੰ ਬਹੁਤ ਸ਼ੁਕਰੀਆ ਹਾਂਜੀ ਠੀਕ ਠਾਕ ਹੋ ਜੀ ਮੁਹੱਬਤਾਂ ਤੁਹਾਡੀਆਂ ਤੇ ਕੀ ਗੱਲਾਂ ਕਰਦੇ ਹੋ ਆਪਣੇ ਆਪ ਨਾਲ ਥੋੜੀਆਂ ਥੋੜੀ ਹੈ ਬਹੁਤ ਜ਼ਿਆਦਾ ਜਿਹੜੀਆਂ ਦੱਸ ਸਕਦੇ ਹੋ ਦੱਸ ਦਿਓ ਉਹ ਤਾਂ ਕੋਈ ਫਾਇਦਾ ਨੀ ਹੈ ਆਪਣੇ ਅੰਦਰ ਛੁਪਾ ਕੇ ਬੈਠੇ ਰਹੋ ਆਪਣੇ ਅੰਦਰ ਖੁਦ ਕਲਾਮੀ ਕਰਕੇ ਉਹਨੂੰ ਜੇ ਅਗਰ ਤੁਸੀਂ ਦੇਖੋ ਆਪਣਾ ਇਤਫਾਕ ਕੀਤਾ ਨਾ ਅਗਰ ਤੁਸੀਂ ਉਸ ਕਰਕੇ ਨਾ ਉਹਦੇ ਚੋਂ ਆਪਣੇ ਆਪ ਨੂੰ ਸਾਫ਼ ਸ਼ਫ਼ਾਫ਼ ਕੀਤਾ ਕਿਸੇ ਹੋਰ ਨੂੰ ਸ਼ਾਇਦ ਮੌਕਾ ਦੇ ਦਿਓ ਮੇਰਾ ਖਿਆਲ ਹੈ ਇਹ ਤੇ ਇੱਕ ਦੂਸਰੇ ਨੂੰ ਦੇਣਾ ਚਾਹੀਦਾ ਇਹ ਵੰਡਣਾ ਚਾਹੀਦਾ ਜੀ ਠੀਕ ਹੈ ਬਿਲਕੁਲ ਸਹੀ ਕਿਉਂਕਿ ਉਹ ਕਹਿੰਦੇ ਨੇ ਕਿੱਧਰੋਂ ਆਇਆ ਕਿੱਧਰਾ ਕਿੱਧਰ ਜਾਣਾ ਆਪਣਾ ਦੇਸ਼ ਜਾਣਾ ਬੱਚਿਆਂ ਦੇ ਵਿੱਚੋਂ ਮਿਲੇਗੀ ਸਾਨੂੰ ਅਗਰ ਗਲਤ ਕਰਾਂਗੇ ਤੇ ਗਲਤ ਹੀ ਅਗਰ ਸਹੀ ਕਰਾਂਗੇ ਤੇ ਸਹੀ ਠੀਕ ਹੈ ਠੀਕ ਹੈ ਜੇ ਦੇਖੋ ਹੁਣ ਲਗਾਇਆ ਸੀ ਬੁੱਲਾ ਕੀ ਜਾਣਾ ਮੈਂ ਕਹੂੰ ਮੇਰੀ ਗੱਲਾਂ ਵਿੱਚੋਂ ਵੀ ਇਹੀ ਗੱਲ ਨਿਕਲਦੀ ਹੈ ਕਿ ਇਨਸਾਨ ਕੁਛ ਵੀ ਨਹੀਂ ਹੈ ਦੇਖੋ ਜਿਸ ਤਰ੍ਹਾਂ ਮੈਂ ਇਕੱਲੀ ਬੈਠੀ ਹਾਂ ਕਦੀ ਕਦੀ ਹੁੰਦਾ ਨਾ ਕਿ ਇਨਸਾਨ ਸਾਰੇ ਕੰਮਾਂ ਤੋਂ ਫਾਰਗ ਹੋ ਕੇ ਨਾ ਜਦੋਂ ਇਕੱਲਾ ਬੈਠਦਾ ਦਿਲ ਕਰਦਾ ਮੇਰਾ ਤੇ ਅਕਸਰ ਹੀ ਕਰਦਾ ਮੈਂ ਕਿਉਂਕਿ ਪਹਿਲੇ ਹੁੰਦੀ ਸੀ ਹੁਣ ਵੀਰ ਮੇਰਾ ਹੁਣ ਬੜਾ ਹੀ ਦਿਲ ਕਰਦਾ ਮੈਂ ਕਦੀ ਕਦੀ ਇਕੱਲਾ ਜ਼ਿਆਦਾ ਬੈਠਾ ਉਹ ਮੈਨੂੰ ਇਕੱਲਾ ਬੈਠਣਾ ਬਹੁਤ ਸੋਹਣਾ ਲੱਗਦਾ ਪਰ ਸਰ ਗੱਲ ਹੈ ਮੈਂ ਇਕੱਲੀ ਬੈਠੀ ਸੀ ਜਰਾ ਬਸ ਫਾਰਗ ਹੋ ਗਏ ਮੇਰੀ ਕਸਟਮਰ ਆ ਗਈ ਕਹਿੰਦੀ ਆਪ ਬੋਰ ਨੀ ਹੋ ਰਹੀ ਮੈਂ ਕਿਹਾ ਕਿਉਂ ਬੋਰ ਕਿਉਂ
ਕਹਿ ਰਹੇ ਕਿ ਬੰਦਾ ਬੋਰ ਹੀ ਹੁੰਦਾ ਨਾ ਹੁਣ ਇਕੱਲਾ ਬੈਠ ਕੇ, ਮੈਂ ਕਿਹਾ ਮੈਂ ਨੀ ਹੁੰਦੀ, ਮੈਂ ਜਿਸ ਤਰ੍ਹਾਂ ਤੁਸੀਂ ਆਇਓ ਮੈਂ ਤੁਹਾਨੂੰ ਟਾਈਮ ਦਿੱਤਾ, ਮੈਂ ਆਪਣੇ ਆਪ ਨੂੰ ਨਾ ਟਾਈਮ ਦਵਾਂ, ਆਪਣੇ ਆਪ ਚ ਕੁਛ ਨਾ ਲੱਗਾ। ਮੈਂ ਕਿਹਾ ਮੈਂ ਤੇ ਮੈਂ ਜਦੋਂ ਇਕੱਲੀ ਹਾਂ ਬਲਕਿ ਦਰਵਾਜ਼ਾ ਬੰਦ ਕਰ ਲੈਣੀ ਆ, ਜਿਸ ਚੀਜ਼ ਦੇ ਉੱਤੇ ਮੈਂ ਜਿਸ ਗਲਤੀ ਤੇ ਰੋਣਾ ਹੋਵੇ ਮੈਂ ਰੋਂਦੀ ਆ, ਜਿਸ ਖੁਸ਼ੀ ਚ ਜਿਸ ਜੋ ਅੱਲਾ ਤਾਲਾ ਮੈਨੂੰ ਅਤਾ ਕਰਦਾ ਨਾ, ਮੈਂ ਉਹ ਵੀ ਰੋ ਕੇ ਨਾ ਸ਼ੁਕਰ ਗੁਜ਼ਾਰ ਕਰਨੀ ਉਹਦੀ, ਦੋਵਾਂ ਨੂੰ ਬਰਾਬਰ ਰੱਖਣੀ, ਕਿਉਂਕਿ ਜਦੋਂ ਉਹਦਾ ਸ਼ੁਕਰ ਕਰੋ ਤਦ ਵੀ ਤੁਹਾਡੀਆਂ ਅੱਖਾਂ ਨਮ ਹੋਣੀਆਂ ਚਾਹੀਦੀਆਂ, ਬਿਲਕੁਲ ਠੀਕ ਕਿ ਪਰਵਰ ਦੀ ਗਰਤ ਨੂੰ ਮੈਂ ਅਤਾ ਕੀਤਾ ਚੀਜ਼ ਨੂੰ, ਮੇਰੇ ਅੰਦਰ ਤੇ ਕੁਛ ਐਸੀ ਚੀਜ਼ ਹੈ ਹੀ ਨਹੀਂ ਸੀ, ਲੇਕਿਨ ਤੂੰ ਬੜੀ ਸ਼ਾਨ ਵਾਲਾ ਹੈ। ਔਰ ਬਾਕੀ ਮੈਂ ਯੂਸਫ ਵੀਰ ਜੀ, ਮੈਂ ਨਾ ਐਸੇ ਐਸੇ ਆਪਣੇ ਇਰਦ ਗਿਰਦ ਚੀਜ਼ਾਂ ਦੇਖੀਆਂ ਜਿਹਨੂੰ ਤੁਸੀਂ ਕਹਿੰਦੇ ਨਾ ਜੱਗ ਦਾ ਬੁਰਾ ਲੋਕ ਇਨਸਾਨ, ਉਹਨਾਂ ਨੇ ਮੈਂ ਮਰਦਿਆਂ ਨਾ ਕਲਮਾ ਪੜ੍ਹਦਿਆਂ ਦੇਖਿਆ, ਯਾਨੀ ਕਿ ਜਿਹਨਾਂ ਦੀ ਯਾਨੀ ਕਿ ਨਜ਼ਰ ਚ ਸੀ ਉਹ ਬਹੁਤ ਬੁਰਾ, ਉਹਨੂੰ ਮਰਦਿਆਂ ਨਾ ਕਲਮਾ ਪੜ੍ਹਦਿਆਂ ਦੇਖਿਆ, ਠੀਕ ਹੈ ਨਾ, ਇੱਥੋਂ ਪਤਾ ਚੱਲਦਾ ਨਾ ਕਿ ਵਾਕਿਆ ਤੋਂ 70 ਮਾਵਾਂ ਨਾਲ ਜ਼ਿਆਦਾ ਪਿਆਰ ਕਰਨਾ, ਬਿਲਕੁਲ ਠੀਕ ਹੈ, ਪਤਾ ਨੀ ਕਿਹੜੀ ਇੱਕ ਚੀਜ਼ ਪਸੰਦ ਆਉਂਦੀ ਹੈ। ਮੇਰਾ ਬੇਟਾ ਕਹਿੰਦਾ ਹੁੰਦਾ ਮਾਮਾ ਅਗਰ ਨਾ ਇੱਕ ਚੀਜ਼ ਅਸੀਂ ਗਲਤ ਕਰਨੇ ਨਾ, ਦੂਸਰੀ ਹੀ ਇੱਕ ਕਦਮ ਐਸਾ ਹੈਗਾ ਜਿੱਥੇ ਅਸੀਂ ਅੱਛਾਈ ਕਰਨੇ ਨਾ ਸਾਡਾ ਬੈਲੈਂਸ ਹੋ ਜਾਂਦਾ। ਅੱਲਾ ਤਾਲਾ ਬੜਾ ਰਹੀਮ ਹੈ, ਉਹ ਕਹਿੰਦੇ ਅਗਰ ਅਸੀਂ ਕੁਤਾਈ ਕਰਨੇ ਆ ਨਾ ਕਦਮ ਕਦਮ ਤੇ ਨਾ ਸਾਡੇ ਜਿਹੜਾ ਨਾ ਅਗਰ ਅਸੀਂ ਕੋਈ ਕੰਮ ਐਸਾ ਕਰ ਜਾਂਦੇ ਨਾ ਕਿ ਉਹ ਅਸੀਂ ਗਲਤ ਕੀਤਾ ਹੁੰਦਾ ਨਾ, ਅੱਲਾ ਤਾਲਾ ਉਹਦਾ ਜਿਹੜਾ ਨਾ ਕਹਿੰਦੇ ਨੇ ਕਿ ਉਸੇ ਵਕਤ ਉਹਨੂੰ ਬੈਲੈਂਸ ਕਰਦਾ ਹੈ, ਬੰਦਾ ਭੁੱਲੀ ਪੈ ਜਾਂਦਾ ਪਰ ਬਰਬਰ ਦੀ ਗਾਰ ਜਿਹੜਾ ਨਾ ਉਹਦੀ ਅਮਾਨਤ ਰੱਖ ਛੱਡਦਾ, ਜਿੰਨੇ ਅਗਰ ਅਸੀਂ ਗੁਨਾਹ ਨੇ ਉਸ ਤੋਂ ਜ਼ਿਆਦਾ ਸਾਡੇ ਸਵਾਬ ਨੇ ਜਿਹੜੇ ਅਸੀਂ ਰੋਜ਼ਮਰਾ ਕਰਨੇ ਨਹੀਂ ਹੈ ਔਰ ਉਹਨੂੰ ਅਸੀਂ ਕਰਨਾ ਵੀ ਚਾਹੁੰਦੇ ਹਾਂ, ਤੇ ਅਗਰ ਅਸੀਂ ਇਹਨਾਂ ਚੀਜ਼ਾਂ ਕੋਲੋਂ ਸਿੱਖੀਏ। ਲੇਕਿਨ ਦੇਖੋ ਸਭ ਤੋਂ ਪਹਿਲੇ ਕੁਰਾਨੇ ਪਾਕ, ਕੁਰਾਨੇ ਪਾਕ ਚ ਅੱਲਾ ਤਾਲਾ ਨੇ ਕਿਹਾ ਕਿ ਸਿਰਫ ਜਿਹੜੇ ਮੈਂ ਤੁਹਾਨੂੰ ਇਹ ਗੱਲਾਂ ਦੱਸੀਆਂ ਨਾ ਇਹਨਾਂ ਤੇ ਅਗਰ ਤੁਸੀਂ ਅਮਲ ਕਰੋ ਨਾ ਤੇ ਤੁਸੀਂ ਤੇ ਇੰਜ ਵਲੀ ਬਣ ਸਕਦੇ ਹੋ, ਠੀਕ ਹੋ ਗਿਆ, ਡਰਨ ਦੀ ਕੋਈ ਗੱਲ ਨਹੀਂ ਹੈਗੀ ਉਹਦੇ ਚ, ਸਿਰਫ ਕਰਨ ਦੀ ਹੈ, ਬਿਲਕੁਲ ਸਹੀ। ਔਰ ਤੁਸੀਂ ਆਪਣੇ ਆਪ ਨਾਲ ਬਹੁਤ ਸਾਰੀਆਂ ਗੱਲਾਂ ਕਰਦੇ ਹੋ, ਇਹ ਚੰਗਾ ਲੱਗਾ ਕਿ ਦੁੱਖ ਸੁੱਖ ਵੀ ਤੁਸੀਂ ਆਪਣੇ ਆਪ ਨਾਲ ਬਹਿ ਕੇ ਫੋਲਦੇ ਹੋ, ਹੱਸਦੇ ਖੇਡਦੇ ਵੀ ਹੋ। ਤੇ ਮੈਂ ਕਹਿੰਦੀ ਆ ਯੁਸਵੀਰ ਅਗਰ ਰਾਤ ਨੂੰ ਸੌਣ ਤੋਂ ਪਹਿਲੇ ਨਾ ਸਭ ਤੋਂ ਪਹਿਲੇ ਦੇਖੋ ਛੋਟੀ ਛੋਟੀਆਂ ਨੇਕੀਆਂ ਨਾ ਅਗਰ ਸਭ ਤੋਂ ਪਹਿਲੇ ਅਸੀਂ ਰੱਬ ਦੇ ਅੱਗੇ ਦੁਆ ਮੰਗੀਏ ਨਾ ਹੱਥ ਚੁੱਕ ਕੇ, ਉਸ ਟਾਈਮ ਅਗਰ ਰਾਤ ਦਾ 2 ਦਾ ਟਾਈਮ ਹੈ ਅਗਰ ਰਾਤ ਦਾ 3 ਦਾ ਟਾਈਮ ਹੈ ਠੀਕ ਹੈ, ਮਰੀਜ਼ ਅਸੀਂ ਨਹੀਂ ਅਗਰ ਅਸੀਂ ਅੱਲਾ ਤਾਲਾ ਦੀ ਇਬਾਦਤ ਕਰ ਸਕਦੇ, ਅਗਰ ਅਸੀਂ ਕੁਛ ਕਲਮਾਤ ਪੜ੍ਹ ਕੇ ਜਾਂ ਸਭ ਨੂੰ ਮਾਫ ਕਰਕੇ ਅੱਲਾ ਤਾਲਾ ਤੋਂ ਆਪਣੀ ਮਾਫ਼ੀਆਂ ਮੰਗ ਕੇ ਆਪਣੀਆਂ ਅੱਜ ਦੀ ਜਿਹੜੀਆਂ ਕੁਤਾਹੀਆਂ ਕੀਤੀਆਂ ਉਹਦੀ ਮਾਫ਼ੀਆਂ ਮੰਗ ਕੇ ਨੈਕਸਟ ਜਿਹੜਾ ਦਿਨ ਹੈ ਉਹਦੇ ਵਾਸਤੇ ਅੱਛੇ ਅਮਾਲ ਕਰਨ ਵਾਸਤੇ ਦੁਆ ਮੰਗ ਕੇ ਅਗਰ ਸੋ ਜਾਂਗੇ ਨਾ, ਯਕੀਨ ਕਰੋ ਇਹ ਵੀ ਸਾਡੀ ਨੇਕੀਆਂ ਹੈ, ਠੀਕ ਹੋ ਗਏ, ਉਸ ਰਾਤ ਜਿਹੜਾ ਨਾ ਸਾਡੀ ਆਸਾਨੀ ਦੀ ਰਾਤ ਹੁੰਦੀ ਹੈ, ਬਿਲਕੁਲ ਸਹੀ, ਅਸੀਂ ਸਕੂਨ ਨਾਲ ਸੋ ਜਾਂਦੇ ਸਾਰੇ ਦਿਨ ਦਾ ਜਿਹੜਾ ਜਿੰਨੀ ਵੀ ਗਲਤੀਆਂ ਕੀਤੀਆਂ ਨਾ ਉਹਦੇ ਵਿੱਚ ਅੱਲਾ ਤਾਲਾ ਸਾਨੂੰ ਮਾਫ਼ ਕਰ ਦਿੰਦਾ, ਬਿਲਕੁਲ ਠੀਕ ਹੈ, ਬਿਲਕੁਲ ਸਹੀ, ਤੇ ਅਗਰ ਗਲਤੀਆਂ ਅਸੀਂ ਕਰਨੇ ਆ ਨਾ ਤੇ ਮਾਫ਼ ਕਰਨ ਵਾਲਾ ਬੜਾ ਵੱਡਾ ਬੇਨਿਆਜ਼ ਔਰ ਬੜੀ ਰਹਿਮਤ ਵਾਲਾ ਸਾਡੀ ਅਜੀਆ ਨੇ ਰੱਬੀ ਕੋ ਮਾਤੁ ਕਜ਼ੀਬਾਨ, ਠੀਕ ਹੈ ਨਾ, ਤੇ ਅਗਰ ਅਗਰ ਅਸੀਂ ਆਪਣੀ ਰੂਹਾਨੀ ਤਾਲੀਮ ਵਾਸਤੇ ਦੇਖੀਏ ਅਸੀਂ ਆਪਣੇ ਬਾਬਿਆਂ ਨੂੰ ਪੜ੍ਹ ਲਈਏ, ਅਸੀਂ ਅੱਲਾ ਤਾਲਾ ਦੀ ਸਭ ਤੋਂ ਵੱਡੀ ਜਿਹੜੀ ਕਿਤਾਬ ਹੈ ਹਰ ਰੋਜ਼ ਨਹੀਂ ਲੱਗਦੀ ਹੈ, ਮੈਨੂੰ ਯਕੀਨ ਕਰੋ ਹਰ ਰੋਜ਼ ਨਹੀਂ ਲੱਗਦੀ ਹੈ, ਡਰਾਮੇ ਹੈ ਹਰ ਚੀਜ਼ ਹੈ, ਫਿਲਮ ਦੂਸਰੀ ਜਗ੍ਹਾ ਦੇਖਾਂਗੇ ਨਾ ਫਿਰ ਦਿਲ ਪਾ ਜਾਂਦਾ, ਅਸੀਂ
ਕਿਤਾਬ ਤੋਂ ਪੜ੍ਹਨੇ 10 ਵਾਰੀ ਪੜ੍ਹ ਲਾਂਗੇ ਨਾ, ਅਗਰ 11ਵੀਂ ਦਫਾ ਅਗਰ ਪੜ੍ਹਨ ਲੱਗੇ ਨਾ ਅਸੀਂ ਰੱਖ ਜਾਂਗੇ। ਬਿਲਕੁਲ ਠੀਕ ਹੈ, ਬਿਲਕੁਲ ਸਹੀ ਹੋ ਗਿਆ। ਇੱਕ ਐਸੀ ਕਿਤਾਬ ਦਿੱਤੀ ਹੈ ਜੋ ਦੇਖਣ ਨੂੰ ਵੀ ਲੱਗਦਾ ਸਕੂਨ ਮਿਲਦਾ। ਹੂੰ ਹੂੰ ਬਿਲਕੁਲ ਠੀਕ ਹੋ ਗਿਆ। ਜਿਉਂਦੇ ਵਾਸਤੇ ਰਹੋ, ਸਲਾਮਤ ਰਹੋ। ਅੱਜ ਦਾ ਵਾਕਿਆ ਹੀ ਤੁਹਾਡਾ ਸ਼ੋਅ ਬਹੁਤ ਖੂਬਸੂਰਤ ਹੈ, ਬਹੁਤ ਖੂਬਸੂਰਤ ਹੈ। ਅੱਲਾਹ ਤਾਲਾ ਤੁਹਾਨੂੰ ਇਹਦਾ ਮੈਂ ਅਜਰ ਦੇਗਾ ਇਨਸ਼ਾਅੱਲਾਹ, ਕਿਉਂਕਿ ਅਸੀਂ ਜੋ ਦੁਆਵਾਂ ਮੰਗਣੇ ਆ ਕਬੂਲ ਕਰਦਾ, ਔਰ ਸੱਚੇ ਦਿਲ ਨਾਲ ਦੁਆਵਾਂ ਮੰਗੀਆਂ ਹੋਈਆਂ ਜ਼ਰੂਰ ਕਬੂਲ ਹੋਈਆਂ। ਔਰ ਅੱਲਾਹ ਤਾਲਾ ਤੁਹਾਨੂੰ ਅਜਰ ਦੇਵੇ, ਔਰ ਅੱਲਾਹ ਤਾਲਾ ਤੁਹਾਨੂੰ ਸਕੂਨ ਦੇਵੇ, ਔਰ ਜ਼ਿੰਦਗੀ ਚ ਬਹੁਤ ਸਾਰੀਆਂ ਖੁਸ਼ੀਆਂ ਸਭ ਵਾਸਤੇ। ਆਮੀਨ ਯਾ ਰੱਬ ਅਲਾਮੀਨ, ਕੁੱਲ ਵਾਸਤੇ ਖੈਰ ਹੈ, ਕੁੱਲ ਦਾ ਭਲਾ, ਕੁੱਲ ਦੀ ਖੈਰ। ਬਿਲਕੁਲ, ਰੱਬ ਰੱਖਾ। ਓਕੇ, ਅੱਲਾ ਹਾਫਿਜ਼। ਨਿਗਤ ਸੀ ਸਾਡੇ ਨਾਲ, ਔਰ ਹਮੇਸ਼ ਵਾਂਗ ਬਹੁਤ ਗੁਣੀ ਔਰ ਸਿਆਣੀਆਂ ਗੱਲਾਂ ਕੀਤੀਆਂ। ਸਾਨੂੰ ਸੁਣਦੇ ਨੇ ਸੁਹੇਲ, ਰਜ਼ਾਕ, ਸ਼ਹਿਜ਼ਾਦ ਔਰ ਜ਼ੁਬੈਰ। ਰੂਬੀ ਖਾਨ ਸਾਹਿਬ, ਹਸਬੇ ਸਾਬਕ ਤੁਹਾਡੀ ਕਾਲ ਨਹੀਂ ਮਿਲ ਰਹੀ, ਅਤੇ ਕੋਸ਼ਿਸ਼ ਕਰੋ ਮਿਲ ਜਾਏਗੀ। ਸਮੀਨਾ ਜੀ, ਤੁਸੀਂ ਵੀ ਕੋਸ਼ਿਸ਼ ਕਰੋ, ਤੁਹਾਡੀ ਕਾਲ ਵੀ ਮਿਲ ਜਾਏਗੀ। ਦਿਲਦਾਰ ਜੀ, ਬਹੁਤ ਮੁਹੱਬਤ, ਬਹੁਤ ਪਿਆਰ। ਨੂਰ ਜੀ, ਜਿਨਸ ਬਦਲ ਗਈ, ਬੁੱਲੇ ਲੁੱਟਣੇ ਦੂਰ ਹੋ ਗਏ, ਔਰ ਸਾਰਾ ਨੂਰ ਜੀ ਦਾ ਬਹੁਤ ਸੋਹਣਾ ਜਿਹਾ ਮੈਸੇਜ ਆਇਆ। ਅਤੇ ਆਪਣਾ ਜੀ ਵਕਾ, ਜੀ ਕਾਦਰ ਜੀ ਠੀਕ ਹੋ ਗਿਆ ਜਨਾਬ, ਮਿਹਰਬਾਨੀ। ਜਵੇਦ ਰਫੀਕ, ਮੁਹੰਮਦ ਜਵੇਦ ਰਫੀਕ ਜਿਨਾ ਹੌਸਪੀਟਲ ਤੋਂ ਸਾਡੇ ਨਾਲ, ਖੁਦ ਕਲਾਮ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਰਹਿਮਤੁਲਲਾਹ ਵਬਰਕਾਤ ਜੀ। ਬਿਸਮਿਲ੍ਲਾ ਜਨਾਬ। ਸਰ ਖਾਲਿਦ ਬਖਸ਼ਾਬ ਜੀ ਗਾਇਨ ਸਰ, ਪਹਿਲੇ ਨਾਲੇ ਬੁਲਬੁਲ ਕੇ ਤੁਹਾਨੂੰ ਆਖਾਂ, ਮੈਂ ਤਾਂ ਨਿਵੇਸ਼ ਰਹੂੰ, ਮੈਂ ਵੀ ਬੁਲਬੁਲ ਹੂੰ ਕੇ ਖਾਮੋਸ਼ ਰਹੂੰ। ਔਰ ਤਮਾਮ ਸੁਣਨਿਆਂ ਦੀ ਅਰ ਖਿਦਮਤ ਵਿੱਚ ਗੁਜ਼ਾਰਿਸ਼ ਕਿ ਆਮਨ ਤੇ ਬਿੱਲਾ ਤੇ ਮੇਰਾ ਅੱਲਾ ਤੇ ਇਮਾਨ, ਮਲਾਇਕ ਫਤਿਹ ਹੀ ਉਹਦੇ ਫਰਿਸ਼ਤਿਆਂ ਤੇ, ਕੁਤਬੇ ਹੀ ਉਹ ਕਿਤਾਬਾਂ ਜਿਹੜੀਆਂ ਉਹਨੇ ਭੇਜੀਆਂ, ਉਹ ਰਿਸਲੇ ਹੀ ਔਰ ਜੋ ਰਸੂਲ ਹੈ ਦੁਨੀਆਂ ਤੇ ਆਏ, ਔਰ ਜੋ ਮਲਾਖਰ ਇਮਾਨ, ਇਮਾਨ ਦੀ ਮਤਲਬ ਹੈ ਸ਼ਰਾਇਤ। ਬਹੁਤ ਖੂਬਸੂਰਤ ਪ੍ਰੋਗਰਾਮ, ਔਰ ਮੁਖਤਲਿਫ ਮੈਨੂੰ ਤਾਂ ਕੋਈ ਹੱਕ ਨਹੀਂ ਪਹੁੰਚਦਾ ਕਿਸੇ ਵੀ ਕੌਮ ਦੇ ਉੱਤੇ ਮਤਲਬ ਚਰਚਾ ਕਰਨ ਦਾ, ਮਗਰ ਥੋੜਾ ਕਿਹਾ ਵੀ ਕਿ ਜਨੈਸਰ ਸਾਹਿਬ ਨੂੰ ਆਈ ਸਲੂਟ, ਜਨੈਸਰ ਸਾਹਿਬ ਆਈ ਸਲੂਟ ਵਿਦ ਦ ਬੋਥ ਹੈਂਡ, ਕਿ ਅਸੀਂ ਨਸੀ ਇਹਦੇ ਖੁਦ ਖਿਲਾਮੀ ਦੀ ਬਜਾਏ ਅਸੀਂ ਨਸੀਹਤਾਂ ਫਰਮਾ ਰਹੇ ਹਾਂ, ਯਾਨੀ ਕਿ ਸਾਨੂੰ ਪਤਾ ਯਾਰ ਅਸੀਂ ਮੁਸਲਮਾਨ ਹਾਂ, ਅਸੀਂ ਕੁਰਾਨ ਪੜ੍ਹਨੇ ਹਾਂ, ਸਾਨੂੰ ਪਤਾ ਕੁਰਾਨ ਵਿੱਚ ਕੀ ਹੋ ਗਿਆ, ਗੱਲ ਹੈ ਇਹ ਕਿ ਉਹਦੇ ਚੋਂ ਅਸੀਂ ਦੇਖਣਾ ਕਿ ਤਹਿਕੀਕ ਦਾ ਸਾਨੂੰ ਕਿਹਾ ਗਿਆ ਨਾ, ਤਹਿਕੀਕ ਕਰੋ। ਔਰ ਪਹਿਲੇ ਮੈਂ ਅਰਜ਼ਾ ਕਰ ਲਵਾਂ ਕਿ ਖੁਦ ਕਲਾਮੀ ਮੁਖਤਲਿਫ ਅਦਵਾਰ ਦੇ ਵਿੱਚ ਮੁਖਤਲਿਫ ਕਿਸਮ ਦੀ ਹੁੰਦੀ ਹੈ ਨਾ, ਸਟੇਜ ਵਾਈਜ਼ ਮਤਲਬ ਏਜ ਵਾਈਜ਼ ਨਾ, ਹਾਂ ਮਤਲਬ ਬੱਚੀ ਮੇਰੀ ਨੂੰ ਮੈਂ ਪੁੱਛਿਆ ਤੂੰ ਇਹ ਹੋਣੀ ਤੁਹਾਡੇ, ਮੈਂ ਪੁੱਛਿਆ ਬੇਟੇ ਖੁਦ ਕਲਾਮੀ ਕਰ ਦਿਓ ਜਿਹੜੀ ਯੂਨੀਵਰਸਿਟੀ ਮੈਂ ਜਾਣ ਦਾ ਨਿਹਾਨ ਕਰਨਾ ਕੀ ਕਰ ਦਿਓ, ਮੇਰਾ ਪੇਪਰ ਤਾਂ ਮੈਂ ਸੋਚ ਰਹੀ ਪੈ ਰਹੀ ਸਾਂ ਯਾਰਲਾ, ਮੈਂ ਤਾਂ ਆਪਣੀ ਗੱਲ ਇੱਕ ਮਾਈਕਲ ਐਂਜਲੋ ਆਇਆ ਹੋਇਆ, ਡੋਨਾਟੈਲੋ ਆਇਆ ਹੋਇਆ, ਜਾਂ ਪਿਕਾਸੋ ਦੇ ਬਾਰੇ ਕਿਹਾ ਗਿਆ ਹੋਇਆ, ਆਪਣੇ ਯਾਨੀ ਉਹਦੇ ਮੁਤਾਬਕ ਹੈ ਨਾ। ਉਹ ਜਿਹੜੇ ਕੁਛ ਲੋਕ ਐਸੇ ਨੇ ਜਿਹੜੇ ਵਿਚਾਰੇ ਕਿ ਮੈਂ ਸਵੇਰੇ ਜਾਂ ਮੈਂ ਯਾਰ ਇੰਜ ਕਰਾਂਗਾ, ਇਸ ਤਰ੍ਹਾਂ ਕਰਾਂ ਤਾਂ ਮੈਂ ਇੰਜ ਕਰ ਸਕਦਾ ਵਾ, ਇਸ ਤਰ੍ਹਾਂ ਹੋ ਜਾਵੇ, ਉਹ ਜਿਸ ਲਈ ਅਸੀਂ ਹੁਣ ਕਿਉਂਕਿ ਅਸੀਂ ਉਸ ਸਟੇਜ ਤੋਂ ਬਾਹਰ ਆ ਗਏ, ਯਾਨੀ ਜੇ ਸਮੇਂ ਦੁਨੀਆਂ ਜਿਹੜਾ ਨਾ ਉਹ ਅੱਲਾਹ ਤਾਲਾ ਦੀ ਮਿਹਰਬਾਨੀ ਦੇ ਨਾਲ ਉਹ ਨਹੀਂ ਹੈ ਅਲਹਮਦੁਲਿਲਾ। ਔਰ ਜਿਸ ਤਰ੍ਹਾਂ ਜਨੈਸਰ ਸਾਹਿਬ ਨੇ ਫਰਮਾਇਆ, ਅੱਲਾਹ ਤਾਂ ਮਾਲਕ ਹੈ, ਮਾਲਕ ਹੈ ਨਾ, ਉੱਥੇ ਤਾਂ ਜ਼ਰੂਰਤ ਹੀ ਨਹੀਂ ਨਾ ਸਰ ਕਿਸੇ ਤਾਵੀਰ ਦੀ, ਕਿਸੇ ਚੀਜ਼ ਦੀ ਕੌਣ ਫਰਜ਼ ਫੋਨ, ਉਹਦਾ ਹਿਸਾਬ ਨਾ ਹੋ ਗਿਆ ਹੋ ਜਾਂਦਾ, ਫਿਰ ਇਹਦਾ ਬਖੇੜਾ ਕਰਨ ਦੀ ਕੀ ਜ਼ਰੂਰਤ ਸੀ ਪਰਵਰਦਿਗਾਰ ਨੂੰ, ਜਿਸ ਤਰ੍ਹਾਂ ਉਹ ਫਰਿਸ਼ਤਿਆਂ ਨੂੰ ਕਿਵੇਂ ਪਤਾ ਲੱਗਾ, ਮੈਂ ਬੜਾ ਸ਼ੁਰੂ ਚ ਮੈਂ ਇਹਦੇ ਬਾਰੇ ਕਰਨਾ ਤਾਂ ਜਿੰਨਾ ਕਰਨਾ ਤਾਂ
ਔਰ ਦੁਨੀਆਂ ਤੇ ਜੋ ਮੈਂ ਜਦੋਂ ਮੈਂ ਸੈਟਿਸਫਾਈ ਹੋਇਆ ਮੈਂ ਵੀ ਉਹ ਮਤਲਬ ਕਿਉਂਕਿ ਅਬਲੀਸ ਵੀ ਜਿਹੜਾ ਸੀ ਨਾ ਉਹ ਫਰਿਸ਼ਤਾ ਨਹੀਂ ਸੀ ਉਹ ਵੀ ਜਿੰਨਾ ਚੋਂ ਸੀ ਹਾਂਜੀ ਪੜ੍ਹੀ ਲਿਖੀ ਔਰ ਅਥੈਂਟਿਕ ਗੱਲ ਹੈ ਮਤਲਬ ਸਾਬਤ ਹੋਏ ਤੋਂ ਕਿਉਂਕਿ ਜਿੰਨਾ ਚੋਂ ਸੀ ਔਰ ਜ਼ਮੀਨ ਦੇ ਉੱਤੇ ਜਿਹੜੇ ਆ ਸਨ ਫਸਾਦ ਕਰਦੇ ਸਨ ਉਸ ਤੋਂ ਪਹਿਲਾਂ ਬਾਅਦ ਉਹ ਮਤਲਬ ਉਹਨਾਂ ਨੂੰ ਘੇਰ ਲਿਆ ਗਿਆ ਬਾਹਰ ਵਾਲ ਅੱਛਾ ਇਹ ਤੇ ਅੱਗੇ ਫਿਰ ਪਿਛਲੇ ਚੱਲ ਮੈਂ ਮਤਲਬ ਅੱਗੇ ਪਹੁੰਚਿਆ ਨਾ ਹਜ਼ਰਤ ਆਦਮ ਦੀ ਉਹ ਵੀ ਬੀਬੀ ਹਵਾ ਅਸਲੀ ਜੋ ਪੈਦਾ ਹੋਗਾ ਤੇ ਮਨਾ ਫਰਮਾਤਾ ਗਿਆ ਕਿ ਇਸ ਦਰਖਤ ਇਸ ਸ਼ਜਰ ਦਾ ਲਫ਼ਜ਼ ਇਸਤੇਮਾਲ ਕੀਤਾ ਗਿਆ ਜੀ ਇਸ ਦਰਖਤ ਦੇ ਕੋਲ ਨਹੀਂ ਜਾਣਾ ਮੈਂ ਛੋਟੇ ਤੋਂ ਵੱਡਾ ਹੋ ਗਿਆ ਤੇ ਕੋਈ ਸੁਣਦਾ ਆਇਆ ਕਿ ਯਾਰ ਗੰਦਮ ਦਾ ਦਾਣਾ ਜਿਹੜਾ ਸੀ ਨਾ ਉਹਦੇ ਤੋਂ ਮਨਾ ਕੀਤਾ ਸ਼ਾਇਦ ਕਿਸੇ ਹੋਰ ਨੇ ਕੋਈ ਸੁਣਿਆ ਹੋਵੇ ਮੈਂ ਤੇ ਕੋਈ ਸੁਣਦਾ ਆਇਆ ਮਨਾ ਹਾਲੇ ਤੱਕ ਵੀ ਕਿ ਗੰਦਮ ਦਾ ਦਾਣਾ ਠੀਕ ਹੈ ਸਾਡਾ ਵੀ ਵੈਸੇ ਜਿਸਲੇ ਥੋੜਾ ਜਿੰਨਾ ਸ਼ਰੂਰ ਆਇਆ ਨਾ ਤੇ ਮੈਂ ਸੋਚਿਆ ਮੈਂ ਕਿਹਾ ਯਾਰ ਦਰਖਤ ਦੀ ਪਹਿਚਾਣ ਹੈ ਕਿ ਉਹਦਾ ਤਣਾ ਹੈ ਮੈਂ ਆਪਣੇ ਆਪ ਨਾਲ ਗੱਲ ਕਰ ਰਿਹਾ ਦਰਖਤ ਦੀ ਪਹਿਚਾਣ ਦਰਖਤ ਹੈ ਹੀ ਉਹ ਜਿਹਦਾ ਤਣਾ ਮੁੱਢ ਜੀ ਬਿਲਕੁਲ ਸ਼ਜਰ ਉਹੀ ਹੁੰਦਾ ਹੈ ਜਿਹਦਾ ਮੁੱਢ ਹੋਵੇ ਤੇ ਗੰਦਮ ਜਿਹੜੀ ਹੈ ਨਾ ਉਹ ਦਰਖਤ ਤੇ ਨਹੀਂ ਹੋਈ ਨਾ ਨਹੀਂ ਤੇ ਬੂਟਾ ਕਹਿ ਲਓ ਉਹ ਤੇ ਪੌਦਾ ਕਹਿ ਲਓ ਬਾਲੀਆਂ ਬਾਲੀਆਂ ਲੱਗੀਆਂ ਹੋਈਆਂ ਸਰ ਇੱਥੇ ਥੋੜਾ ਜਿਹਾ ਕੰਫਿਊਜ਼ਨ ਪੈਦਾ ਹੋਇਆ ਜਿਸ ਵੇਲੇ ਮੈਂ ਗੱਲ ਕੀਤੀ ਮਤਲਬ ਕੋਈ ਸੁਧਰ ਮਤਲਬ ਉਹਦਾ ਮੈਨੂੰ ਸੈਟਿਸਫੈਕਟਰੀ ਜਵਾਬ ਨਹੀਂ ਮਿਲਿਆ ਠੀਕ ਹੋ ਗਿਆ ਚਲੋ ਮਗਰ ਹਾਲੇ ਤੱਕ ਮੈਂ ਕਈ ਅਸੀਂ ਅੱਲਾਹ ਤਾਲਾ ਮੈਂ ਆਪਣੇ ਆਪ ਨੂੰ ਕਰਨਾ ਵਾ ਕਿ ਅੱਲਾਹ ਤਾਲਾ ਨੂੰ ਕੌਣ ਰੋਕ ਸਕਦਾ ਸੀ ਉਹਦੇ ਤੇ ਮੇਰੇ ਮੈਂ ਤੇ ਰੋਕਦੇ ਹੈਗਾ ਨਾ ਮੇਰਾ ਵੱਡਾ ਕੋਈ ਕੰਮ ਨਾ ਕਰੀ ਐਸਾ ਨਾ ਕਰ ਅਗਰ ਉਹਨੇ ਦੁਨੀਆਂ ਇਨਸਾਨ ਨੂੰ ਤਖਲੀਕ ਕਰਨਾ ਸੀ ਫਰਿਸ਼ਤੇ ਕੋ ਨੇ ਮਤਲਬ ਕ੍ਰਾਈਟੇਰੀਆ ਫਰਿਸ਼ਤਿਆਂ ਨੂੰ ਕਿਹਾ ਜਾਂ ਜਿਸ ਤਰ੍ਹਾਂ ਜੋ ਕੁਛ ਵੀ ਹੋਇਆ ਅੱਲਾਹ ਤਾਲਾ ਨੂੰ ਇਹ ਚੀਜ਼ ਮੈਂ ਸੋਚਣਾ ਮੈਂ ਆਪਣੇ ਆਪ ਨੂੰ ਕੁਛ ਖਿਲਾਫ਼ ਮੈਂ ਫਿਰ ਇੱਕ ਵਾਰੀ ਕਹਿੰਦਾ ਅਲਹਮਦੁਲਿਲਾ ਮੈਂ ਮੁਸਲਮਾਨ ਹਾਂ ਇਤਨੇ ਮੁਸਲਮਾਨ ਨਮਾਜ਼ ਵੀ ਪੜ੍ਹਨਾ ਰੋਜ਼ਾ ਵੀ ਰੱਖਣਾ ਤੇ ਤੀਸਰਾ ਵੀ ਅੱਛਾ ਸਾਡੇ ਅੰਦਰ ਜਿਹੜਾ ਡਰ ਹੈ ਉਹ ਬਹੁਤ ਜ਼ਿਆਦਾ ਹਾਵੀ ਨਹੀਂ ਹੋ ਗਿਆ ਬਹੁਤ ਮਤਲਬ ਹਾਂ ਮੈਨੂੰ ਡਰ ਪਤਾ ਕੀ ਆਉਂਦਾ ਹੈ ਤੁਸੀਂ ਹੁਕਮ ਕਰੋ ਕਿ ਤੇ ਟਾਈਮ ਦੇ ਉੱਤੇ ਮੈਂ ਜਿੰਨੇ ਵੀ ਮੁਸਲਮਾਨ ਨਾਲ ਫਿਰ ਕਹਿੰਦੇ ਜਿਹਦੇ ਤੋਂ ਮੈਂ ਬਿਲੋਂਗ ਕਰਨਾ ਜਿਹਦੇ ਤੋਂ ਜ਼ੈਦ ਬਿਲੋਂਗ ਕਰਦਾ ਹੈ ਜਿਹਦੇ ਤੋਂ ਬਕਰ ਬਿਲੋਂਗ ਕਰਦਾ ਹੈ ਸਾਰਿਆਂ ਦੇ ਉੱਤੇ ਕੁਫਰ ਦਾ ਫਤਵਾ ਦੂਸਰੇ ਨੇ ਲਾਇਆ ਹੈ ਜੀ ਉਧਰ ਤੂੰ ਨੀ ਤੁਸੀਂ ਜਗ੍ਹਾ ਪਿੱਛੇ ਕੀ ਹੋ ਗਿਆ ਮੈਂ ਸਵਾਲ ਕਰਨਾ ਯਾਰ ਰਹਿਮਤ ਦੇ ਆਲਮੀਨ ਉਹਨੂੰ ਤੇ ਮਤਲਬ ਨਹੀਂ ਕਰਦਾ ਪਾਪੋਸ਼ ਮੁਬਾਰਕ ਭਰ ਗਿਆ ਉਹ ਅਸੀਂ ਉਹਨਾਂ ਦੇ ਗਲੀਆਂ ਦੇ ਕੁੱਤਿਆਂ ਦੇ ਬਰਾਬਰ ਵੀ ਨਹੀਂ ਹੈਗੇ ਅਸੀਂ ਉਹਨਾਂ ਦਾ ਉਹਨਾਂ ਦੀ ਹੁਬ ਕਿਸ ਤਰੀਕੇ ਨਾਲ ਇਜ਼ਹਾਰ ਕਿਸ ਤਰ੍ਹਾਂ ਕਰਨੇ ਆ ਯਾਰ ਅਸੀਂ ਖੂਨ ਦੇ ਕਿਸੇ ਕਰਨੇ ਆ ਸਿਰਫ ਇਸ ਗੱਲ ਤੋਂ ਡਰ ਆਉਂਦਾ ਸਰ ਹੋਰ ਕੋਈ ਗੱਲ ਨੀ ਹੈ ਮਤਲਬ ਇਹ ਮੁਰਤਦ ਹੋ ਗਿਆ ਜੀ ਫਲਾਣਾ ਹੋ ਗਿਆ ਜੀ ਫਤਵੇ ਵੀ ਚਾਹੇ ਵਾਜਬੁਲ ਕਤਲ ਹੋ ਗਿਆ ਜੀ ਉਹ ਤੁਹਾਡਾ ਭਲਾ ਹੋ ਗਿਆ ਔਰ ਉਹਦੇ ਚ ਵਟਸਐਪ ਜਿਹੜੀਆਂ ਅਸੀਂ ਮਤਲਬ ਖੁਦ ਕਲਾਮੀ ਵਿੱਚ ਗੱਲਾਂ ਕਰਨੇ ਆ ਨਾ ਇਹ ਸਾਰੀਆਂ ਗੱਲਾਂ ਕਰਕੇ ਅਸੀਂ ਬੜੇ ਮੁਤਮਈਨ ਹੋ ਜਾਂਦੇ ਆ ਬਿਲਕੁਲ ਬਿਲਕੁਲ ਆਪਣਾ ਦੇਖੋ ਨਾ ਜੀ ਵਧੀਆ ਹੈ ਨਾ ਕਿ ਫਿਰ ਮੈਂ ਤਹਿਕੀਕ ਹੀ ਲੱਗਣਾ ਸ਼ੁਰੂ ਕਰ ਦਿੰਦਾ ਨਾ ਉਹਨਾਂ ਚ ਮੇਰੇ ਅੰਦਰ ਉਹ ਇੱਕ ਲੱਗੀ ਰਹਿੰਦੀ ਹੈ ਨਾ ਮਤਲਬ ਔਰ ਇੱਕ ਤਾਰਸਿਸ ਹੁੰਦਾ ਹੈ ਇਹ ਸਾਰਾ ਜਿੰਨਾ ਵੀ ਮਾਮਲਾ ਹੈ ਜੋ ਸਾਰੇ ਮਾਮਲਾਤ ਨੇ ਔਰ ਯਕੀਨ ਕਰੋ ਯਕੀਨ ਕਰੋ ਮੈਂ ਆਸ਼ਾ ਬਿੱਲਾ ਮੈਂ ਮਤਲਬ ਇਮਾਨਦਾਰੀ ਨਾਲ ਐਸ ਕਰ ਰਿਹਾ ਵਾਂ ਕਿ ਮੈਨੂੰ ਕੋਈ ਮੁਤਮਿਨ ਨਹੀਂ ਕਰ ਸਕਿਆ ਔਰ ਮੈਂ ਆਪਣੇ ਆਪ ਨੂੰ ਮੁਖਤਲਿਫ ਕਿਤਾਬਾਂ ਦੇ ਨਾਲ ਮੁਖਤਲਿਫ ਤਰੀਕੇ ਨਾਲ ਮੈਂ ਆਪਣੇ ਆਪ ਨੂੰ ਆਪ ਹੀ ਮੁਤਮਿਨ ਕੀਤਾ ਜੀ ਬਿਲਕੁਲ ਠੀਕ ਹੈ ਤੇ ਗੁਜ਼ਾਰਿਸ਼ ਹੈ ਕਿ
ਖੁਦ ਕਲਾਮੀ ਤੇ ਗੱਲ ਕਰਨ, ਖੁਦ ਕਲਾਮੀ ਚ ਨੀ ਦੀਵਾਨਾ ਮੂੰਹ ਜਾਇਆ ਜੋ ਬਕੀ ਆ। ਹਾਂ ਬੜੀ ਬੜਾ ਬੜਾ ਇੱਕ ਬਹੁਤ ਮੇਰਾ ਖਿਆਲ ਪਹਿਲੀ ਵਾਰੀ ਇਹੋ ਜਿਹਾ ਮੌਜੂਦ ਜਿਹਦੇ ਵਿੱਚ ਮੈਨੂੰ ਸਿੱਖਣ ਲਈ ਬਹੁਤ ਕੁਛ ਮਿਲ ਰਿਹਾ ਮਿਲਦਾ ਤੇ ਪਰ ਆਣਾ ਦੇ ਆਪ ਸਲੀਮ ਰਾਠੌਰ ਸਾਹਿਬ ਤੇ ਖਾਸ ਲਈ ਜੀ ਦੁਆ ਸਰ ਤੇ ਕੁੱਲ ਜਿੰਨੇ ਬਿਮਾਰ ਨੇ ਉਸ ਤੋਂ ਬਾਅਦ ਜਨਾਬ ਤੁਹਾਡੀ ਕਦਨ ਵਾਸਤੇ ਇਸ ਖਾਕ ਸਰ ਦੀ ਮਤਲਬ ਜੀਵਨ ਸਾਥੀ ਅੱਛਾ ਅਸੀਂ ਗੱਲ ਜਿਹੜੀ ਕਰ ਰਹੇ ਹਾਂ ਕੁਛ ਤਾਂ ਅਸੀਂ ਖੁਦ ਕਲਾਮੀ ਦੇ ਵਿੱਚ ਹੀ ਇਹ ਸਾਰਾ ਸਾਡਾ ਡਰ ਜਿਹੜਾ ਹੈ ਇੱਕ ਸਾਡੇ ਮੁਆਸ਼ਰਤੀ ਜਿਹੜਾ ਇੱਕ ਹਿਸਾਰ ਬਣ ਗਿਆ ਔਰ ਜਿਹੜੀ ਕਿ ਸਾਨੂੰ ਹੱਦਾਂ ਬੰਨੇ ਬਣ ਗਏ ਨੇ ਉਹਦੇ 'ਚ ਸਾਡੀ ਸੋਚ 'ਤੇ ਵੀ ਕੁਛ ਹੱਦਾਂ ਲੱਗ ਗਈਆਂ ਨੇ ਪਰ ਮੈਂ ਸੋਚਦਾ ਵਾਂ ਕਿ ਅਸੀਂ ਸਾਰੇ ਮਤਲਬ ਜਿੰਨੇ ਵੀ ਇੱਥੇ ਜਿਹੜੀ ਅਕਸਰੀਅਤ ਹੈ ਇਸ ਖਿੱਤੇ ਵਿੱਚ ਬਲਕਿ ਪੂਰੀ ਦੁਨੀਆ ਦੇ ਵਿੱਚ ਉਹ ਸਾਰੇ ਹੀ ਇਲਹਾਮੀ ਕਿਤਾਬਾਂ ਔਰ ਉਸ ਰੱਬ ਨੂੰ ਮੰਨਣ ਵਾਲੇ ਨੇ ਆਪੋ ਆਪਣੇ ਅੰਦਾਜ਼ ਦੇ ਨਾਲ ਬਿਲਕੁਲ ਮੰਨਦੇ ਨੇ ਔਰ ਉਹਦੇ 'ਤੇ ਯਕੀਨ ਵੀ ਹੈ ਫਿਰ ਇਹ ਮਾਮਲਾ ਕਿਉਂ ਹੁੰਦਾ ਕਿ ਜਦੋਂ ਉਹ ਸਮਝਦੇ ਨੇ ਕਿ ਸਭ ਕੁਛ ਉਹਦੇ ਹੱਥ ਵਾਸ ਹੈ ਇਹ ਮੈਂ ਸੋਚਣਾ ਵਾਂ ਇਹ ਮੈਂ ਆਪਣੇ ਆਪ ਨਾਲ ਗੱਲਾਂ ਕਰਨਾ ਵਾਂ ਕਿ ਉਹ ਸਾਰਾ ਕੁਛ ਹੀ ਆਪਣੇ ਜਦੋਂ ਉਹਨੇ ਹੀ ਬਣਾਇਆ ਤਾਂ ਫਿਰ ਤੁਹਾਨੂੰ ਉਹਦੇ 'ਤੇ ਇਤਰਾਜ਼ ਕਿਉਂ ਹੈ ਧੱਕੇ ਨਾਲ ਤੁਸੀਂ ਕਿਉਂ ਕਿਸੇ 'ਤੇ ਆਪਣੀ ਮਰਜ਼ੀ ਆਪਣਾ ਆਪਣੀ ਸੋਚ ਮੁਸੱਲਤ ਕਰਨ ਦੀ ਕਿਉਂ ਕੋਸ਼ਿਸ਼ ਕਰਦੇ ਹੋ ਤੁਸੀਂ ਕਿਉਂ ਫਿਰ ਮਾਮਲਾਤ ਨੂੰ ਲੈ ਕੇ ਹੋਰ ਪਾਸੇ ਟੁਰ ਪੈਂਦੇ ਹੋ ਮੇਰੇ ਖਿਆਲ ਹੈ ਕਿ ਇੱਕ ਸੋਹਣਾ ਜਿਹਾ ਰੰਗ ਸੁਣਨੇ ਆ ਗੱਲ ਸਮਝ 'ਚ ਆ ਗਈ ਹੈ ਤੁਹਾਡੇ ਔਰ ਜਿੱਧਰ ਵੀ ਜਾ ਰਹੀ ਹੈ ਮੇਰੇ ਖਿਆਲ ਠੀਕ ਹੀ ਜਾ ਰਹੀ ਹੈ ਪੰਜਾਬੀ ਕਲਾਸਿਕ ਟਾਈਮ ਯੂਜ਼ ਆਫ ਪੰਜਾਬੀ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਖੁਦ ਕਲਾਮੀ ਦੀ ਖੁਦ ਕਲਾਮੀ ਵਿੱਚ ਸਾਨੂੰ ਬਹੁਤ ਸਾਰੀ ਕਾਲਸ ਵੀ ਆਈਆਂ ਲੇਕਿਨ ਹੁਣ ਵੇਖਦੇ ਹਾਂ ਅਤੇ ਸਾਡੇ ਨਾਲ ਸੱਜਣ ਕੀ ਕਹਿੰਦੇ ਨੇ ਅਸਲਾਮ ਵਾਲੇਕੁਮ ਜੀ ਜੀ ਵਾਲੇਕੁਮ ਸਲਾਮ ਸਤਿ ਸ਼੍ਰੀ ਅਕਾਲ ਜੀ ਤਰਿੰਦਰ ਸਿੰਘ ਬਾਜਵਾ ਫਰਜ਼ ਕਰ ਰਹੇ ਜੀ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਹੈ ਠੀਕ ਹੋ ਜੀ ਸ਼ੁਕਰ ਦੁਆ ਸਰ ਤੁਸੀਂ ਸੁਣਾਓ ਠੀਕ ਜੇ ਜੀ ਮੈਂ ਆਪਣਾ ਤੁਹਾਡੀਆਂ ਖੈਰ ਹੋਵੇ ਜੀ ਸਰ ਆਪਣਾ ਸ਼ੋ ਬਹੁਤ ਅੱਛਾ ਹੈ ਤੇ ਹਮ ਕਲਾਮੀ 'ਚ ਦੇਵਤਾ ਤੁਸੀਂ ਕਰ ਰਹੇ ਜੀ ਮਰਨ ਤੋਂ ਪਹਿਲਾਂ ਮਰ ਰਹੀਏ ਰੋਲਾ ਮੁਲਕਣ ਨਕੀਰ ਵਾਲਾ ਕੱਢ ਲਈਏ ਇਹ ਬਾਜ਼ਾਰ ਹੈ ਨਕਦ ਬਾ ਨਕਦੀ ਦਾ ਇੱਥੇ ਹੱਥ ਉਧਾਰ ਦਾ ਕੰਮ ਕੀ ਹੈ ਇੱਥੇ ਜੋ ਕੁਝ ਅਸਾਂ ਬੀਜਣਾ ਸੀ ਉਹੀ ਅਸੀਂ ਵੱਢ ਲਈਏ ਤੁਹਾਡੀ ਗੱਲ ਜਿਹੜੀ ਸਟਾਰਟ ਹੀ ਸੀ ਸਰ ਮੈਂ ਹਮ ਕਲਾਮ ਕਰਨਾ ਸੀ ਪਿਆ ਸੋਚ ਆਈ ਕਿ ਬਈ ਮੇਰੀ ਬੀਵੀ ਜਿਹੜੀ ਹੈ ਉਹ ਰੱਤ ਜਾਗਾ ਵੀ ਕਰਦੀ ਹੈ ਅੰਮ੍ਰਿਤ ਵੇਲਾ ਵੀ ਕਰਦੀ ਤੇ ਮੈਂ ਤੇ ਕਰਦਾ ਨੀ ਇਹਦਾ ਮਤਲਬ ਹੈ ਕਿ ਇਹ ਤੇ ਗਈ ਇੱਥੋਂ ਜਦੋਂ ਜਿਸ ਵਕਤ ਕਿਸਮਤ ਆਉਣੀ ਹੈ ਜਿਸ ਵਕਤ ਰੋਲੇ ਪੈਣੇ ਨੇ ਇਹ ਤੇ ਮਿਲ ਗਈ ਨਾ ਕਿਸੇ ਹੋਰ ਨੂੰ ਮੈਂ ਕਹਿੰਦਾ ਪਿਆ ਗਈ ਇੱਥੋਂ ਤੇ ਉਹ ਬੁੱਢੀ ਮੇਰੀ ਕਹਿੰਦੀ ਹੈ ਬਾਪੂ ਨੂੰ ਵੇਖੋ ਕੀ ਹੋਇਆ ਜੇ ਤੇ ਫਿਰ ਮੈਂ ਕਿਹਾ ਨਹੀਂ ਕੁਛ ਮੈਂ ਕਿਹਾ ਕਹਿੰਦੇ ਨੇ ਕਿ ਵੀ ਸ਼ਹੀਦ ਦਿੰਦਾ ਤੇ ਸ਼ਹੀਦ ਅਗਰ ਦਿੰਦਾ ਤੇ ਉਹਦੀ ਬੀਵੀ ਫਿਰ ਦੂਸਰਾ ਵਿਆਹ ਕਿਉਂ ਕਰਦੀ ਠੀਕ ਹੈ ਨਾ ਜੀ ਸ਼ਹੀਦ ਅਗਰ ਦਿੰਦਾ ਤੇ ਉਹਦੀ ਬੀਵੀ ਦੂਸਰਾ ਵਿਆਹ ਕਿਉਂ ਕਰਦੀ ਮੈਂ ਚਲੋ ਕੋਈ ਨਾ ਕੋਈ ਜਿਹੜੀ ਨਾ ਖੁੱਡ ਹੋਏਗੀ ਕਿ ਚਲੋ
ਪਹਿਲੀ ਗੱਲ ਕੀਤੀ ਹੈ ਨਾ, ਉਹ ਸਾਡੀ ਭੈਣ ਨੂੰ ਕਹੋ ਫਿਕਰ ਨਾ ਕਰੇ, ਸੋਚੀ ਤੇ ਅਸੀਂ ਪੈ ਗਏ ਹਾਂ, ਰੌਲਾ ਤੇ ਰੌਲਾ ਬਣ ਗਿਆ ਵੈਸੇ, ਰੌਲਾ ਤੇ ਸਰ ਬਣ ਗਿਆ ਪੂਰਾ ਹੀ, ਤੁਸੀਂ ਤੇ ਰੌਲੇ ਪਾ ਦਿੱਤੇ ਨੇ ਸਰ, ਮੈਂ ਤੇ ਮੈਨੂੰ ਇਹ ਲੱਗਦਾ ਕਿ ਮੈਂ ਇੱਕ ਦੋ ਦਿਨਾਂ ਤੇ ਨਾ ਵੈਗਨਾਂ ਤੇ ਲਿਖਿਆ ਨਾ, ਦੇਖਿਆ ਤੁਹਾਡੇ ਬਾਰੇ ਕਿ ਵੀ ਆਪਣਾ ਉਹ ਚੱਲ ਨੀ ਚੱਲ ਯੂਸਫ ਪੰਜਾਬੀ ਤੇ ਮੇਰਾ ਥੱਲੇ ਐਫ ਐਮ 95 ਪੰਜਾਬ ਰੰਗ, ਅੱਛਾ ਠੀਕ ਹੈ ਨਾ, ਮੈਂ ਕਹਿੰਦਾ ਕਿ ਉਹ ਕਿਤੇ ਮਟਾਣੇ ਨਾ ਸ਼ੁਰੂ ਕਰ ਦੇਣ, ਖੈਰ ਹੋਵੇ, ਸਲਾਮਤ ਰਹਿਣ ਲਿਖਣ ਵਾਲੇ ਵੀ ਔਰ ਪੜ੍ਹਨ ਵਾਲੇ ਵੀ, ਬੜੀ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਮੁਹੱਬਤ ਰੱਬਕ, ਅੱਲਾ ਹਾਫਿਜ਼। ਲਓ ਜੀ, ਸਾਡੇ ਵੀਰ ਬਾਜਵਾ ਸਾਹਿਬ ਸਾਡੇ ਨਾਲ ਸਨ, ਗੱਲ ਫਿਰ ਆਈ ਆਈ ਜਿਹੜੀ ਹੈ ਨਾ ਉਹ ਇੰਝ ਕਰਕੇ ਪੁਰ ਕਰਕੇ ਉੱਡ ਜਾਂਦੀ ਹੈ। ਸਮੀਨਾ ਜੀ ਦਾ ਸਾਨੂੰ ਫੋਨ ਆਇਆ ਸੀ ਔਰ ਉਹਨਾਂ ਨੇ ਕਿਹਾ ਕਿ ਮੈਂ ਸੋਚਨੀ ਆ ਆਪਣੇ ਆਪ ਨਾਲ ਗੱਲ ਕਰਨੀ ਆ ਕਿ ਜਨਮ ਤੋਂ ਲੈ ਕੇ ਮਰਨ ਤੀਕਰ ਜੇ ਸਾਡੀ ਕਿਸਮਤ ਲਿਖ ਦਿੱਤੀ ਜਾਂਦੀ ਹੈ, ਸਾਡੇ ਬਖਤ ਲਿਖ ਦਿੱਤੇ ਜਾਂਦੇ ਨੇ, ਅਤੇ ਫਿਰ ਸਾਡੇ ਕੰਮਾਂ 'ਤੇ ਕਸੂਰਵਾਰ ਕਿਉਂ ਠਹਿਰਾਇਆ ਜਾਂਦਾ ਸਾਨੂੰ?
ਕਿਸੇ 'ਤੇ ਸ਼ਾਬਾਸ਼ ਦਿੱਤੀ ਜਾਂਦੀ ਹੈ, ਕਿਸੇ 'ਤੇ ਸਾਨੂੰ ਲਾਂਤਣ ਕੀਤੀ ਜਾਂਦੀ ਹੈ, ਕਿਸੇ 'ਤੇ ਫੜ ਕੇ ਚਬੱਲਿਆ ਵੀ ਜਾਂਦਾ ਹੈ, ਕਿਸੇ 'ਤੇ ਸਾਨੂੰ ਬਿਲਕੁਲ ਵੱਖਰੀਆਂ ਕਰ ਦਿੱਤਾ ਜਾਂਦਾ। ਇਹ ਕੀ ਰੌਲਾ ਹੈ, ਕੀ ਰੌਲਾ ਹੈ ਹਮ ਕਲਾਮੀ ਜੀ। ਵਾਲੇਕੁਮ ਅਸਲਾਮ ਜੀ, ਬਿਸਮਿਲ੍ਲਾ ਜੀ। ਇਹਨੂੰ ਪ੍ਰੋਗਰਾਮ ਅੱਜ ਦਾ ਤੇ ਬਹੁਤ ਜ਼ਬਰਦਸਤ ਸੀ। ਮੈਂ ਸਿਰਫ ਇਹ ਕਹਿਣ ਦੀ ਕਿ ਮੈਂ ਕਿ ਹੁਣ ਖਤਮ ਹੋ ਰਿਹਾ ਹੈ, ਅਗਲੇ ਹਫਤੇ ਤੱਕ ਡਿਲੇ ਕਰਵਾ ਲਵਾਂ। ਹਾਂ ਹਾਂ, ਕੀ ਗੱਲ ਕਰਦੇ ਹੋ ਆਪਣੇ ਆਪ ਨਾਲ? ਬਹੁਤ ਸਾਰੀਆਂ ਗੱਲਾਂ ਆਪਣੇ ਆਪ ਨਾਲ ਤੇ ਹੁੰਦੀਆਂ ਨੇ, ਆਪਣੇ ਆਪ ਨਾਲ ਸਵਾਲ ਹੁੰਦੇ ਨੇ, ਕਹਿੰਦਾ ਤਾਂ ਮੈਨੂੰ ਕਿਉਂ ਪੈਦਾ ਕਰਨਾਇਆ, ਮੇਰਾ ਕੀ ਕੰਮ ਇਸ ਦੁਨੀਆ ਤੇ, ਮੇਰੇ ਬਾਕੀ ਸਭ ਨਾਲ ਕੀ ਤਲੁਕਾਤ ਨੇ, ਜਾਂ ਮੈਂ ਕਿਸ ਤਰ੍ਹਾਂ ਲੈ ਕੇ ਚੱਲਣੀ, ਕੀ ਮੈਨੂੰ ਕਰਨਾ ਚਾਹੀਦਾ, ਕਦੀ ਸਵਾਲ ਮਿਲ ਜਵਾਬ ਮਿਲ ਜਾਂਦੇ ਨੇ। ਬਲਕਿ ਬਾਅਦ ਬਹੁਤ ਅਕਸਰ ਐਸਾ ਹੀ ਹੁੰਦਾ ਕਿ ਕਦੀ ਕਿਸੇ ਕੋਲੋਂ ਜਵਾਬ ਮਿਲ ਜਾਂਦਾ ਹੈ, ਐਸੇ ਤਰੀਕੇ ਨਾਲ ਮਿਲਦਾ ਕਿ ਬੰਦੇ ਦੇ ਵਹਿਮ ਬਮਾਨ ਵੀ ਛੇੜ ਜਾਂਦਾ। ਤੇ ਅੱਲਾਹ ਤਾਲਾ ਦੀ ਮਦਦ ਹਰ ਹਾਲ ਵਿੱਚ ਸ਼ਾਮਿਲ ਹੁੰਦੀ ਹੈ, ਤੇ ਦੂਸਰਾ ਉਹਦੀ ਕੁਦਰਤ ਨੂੰ ਦੇਖ ਕੇ, ਉਹਦੇ ਨਜ਼ਾਰਿਆਂ ਨੂੰ ਦੇਖ ਕੇ ਵੀ ਬੜਾ ਕੁਛ ਸਵਾਲ ਵੀ ਆਉਂਦੇ ਨੇ, ਸਵਾਲ ਉੱਠਦੇ ਨੇ ਬਹੁਤ ਸਾਰੇ। ਹਾਂਜੀ ਬਿਲਕੁਲ, ਔਰ ਬਾਅਦ ਦਫ਼ਾ ਉਹਦਾ ਹੁਸਨ ਇੰਨਾ ਕੁ ਨਜ਼ਰ ਆਉਂਦਾ ਕਿ ਉੱਥੇ ਸਜਦਾ ਵੀ ਹੋ ਜਾਂਦਾ, ਦਿਲ ਤੋਂ ਵੀ ਤੇ ਨਜ਼ਰਾਂ ਤੋਂ ਵੀ, ਤੇ ਰਿਸ਼ਤਿਆਂ ਦੇ ਮੁਕਾਮ ਤੋਂ ਵੀ ਪਤਾ ਚੱਲਦਾ ਕਿ ਕੀ ਸਾਡਾ ਮਕਸਦ ਹੈ ਜ਼ਿੰਦਗੀ ਦਾ, ਆਪਣੇ ਆਪ ਨੂੰ ਆਪਣੇ ਨਫਸ ਨੂੰ ਪਹਿਚਾਨਣ ਦੀ ਕੋਸ਼ਿਸ਼ ਕੀਤੀ। ਅੱਛਾ, ਆਪਣੇ ਆਪ ਤੋਂ ਜਿਹੜੇ ਬਹੁਤ ਸਾਰੇ ਕਦੇ ਤੁਸੀਂ ਸਵਾਲਾਤ ਕਰਦੇ ਹੋ, ਉਹਨਾਂ ਚੋਂ ਤੁਹਾਨੂੰ ਬਹੁਤ ਖੁਸ਼ ਕਰਨ ਵਾਲਾ ਜਾਂ ਬਹੁਤ ਡਰਾ ਦੇਣ ਵਾਲਾ ਕਿਹੜਾ ਸਵਾਲ ਹੁੰਦਾ ਹੈ? ਡਰਾ ਦੇਣ ਵਾਲਾ ਅਸਲ ਇੰਨਾ ਨਹੀਂ ਹੁੰਦਾ, ਹੁੰਦਾ ਹੈ ਕਿ ਸਿਰਫ ਉਹਦੇ ਤੋਂ ਡਰ ਹੁੰਦਾ ਕਿ ਉਹਦੀ ਨਾਫਰਮਾਨੀ ਕਰ ਰਹੇ ਹਾਂ, ਤੇ ਲੇਕਿਨ ਫਿਰ ਇਹ ਹੁੰਦਾ ਕਿ ਉਹਦੇ ਨਾਲ ਮੁਹੱਬਤ ਵੀ ਇੰਨੀ ਹੈ ਕਿ ਜਿਸ ਤਰ੍ਹਾਂ ਕਹਿੰਦੇ ਨੇ ਕਿ ਜਿਹਦੇ ਨਾਲ ਬਹੁਤ ਜ਼ਿਆਦਾ ਬੰਦਾ ਮੁਹੱਬਤ ਕਰਦਾ ਡਰਦਾ ਵੀ ਉਹਦੇ ਕੋਲੋਂ, ਤੇ ਨਾਫਰਮਾਨੀ ਵੀ ਉਹਦੀ ਬਹੁਤੀ ਕਰ ਜਾਂਦਾ, ਫਿਰ ਉਹਦੀ ਮੁਹੱਬਤ ਵੀ ਜਿਹੜੀ ਹੈ ਨਾ ਉਹ ਡਰ ਤੇ ਵੀ ਗੱਲ ਪਾ ਜਾਂਦੀ ਹੈ। ਠੀਕ ਹੋ ਗਿਆ, ਠੀਕ ਹੋ ਗਿਆ, ਤੇ ਸਕੂਨ ਵੀ ਦਿੰਦੀ ਹੈ ਕਿ ਰਹੀ ਜਿਸ ਤਰ੍ਹਾਂ ਇੱਕ ਬੱਚਾ ਛੋਟਾ ਜਿਹਾ ਕਿ ਮਾਂ ਉਹਨੂੰ ਕੋਲੋਂ ਨਿਕਲਦਾ ਗੋ ਚ, ਥੋੜਾ ਜਿਹਾ ਡਰਦਾ ਅੱਗੇ ਜਾਂਦਾ ਖੇਡਦਾ, ਮਾਂ ਰੋਕਦੀ ਹੈ ਇਸ ਪਾਸੇ ਨਹੀਂ ਜਾਣਾ, ਤੇ ਉਹ ਟੁਰਦਾ ਜਾਂਦਾ, ਲੇਕਿਨ ਮਾਂ ਜਦੋਂ ਆਵਾਜ਼ ਦਿੰਦੀ ਹੈ ਵਾਪਸ ਆ ਜਾਂਦਾ, ਲੇਕਿਨ ਫਿਰ ਉਹ ਇੰਨਾ ਅੱਗੇ ਨਿਕਲ ਜਾਂਦਾ ਕਿ ਉਹ ਜਿਸ ਤਰ੍ਹਾਂ ਮਾਂ ਨੂੰ ਭੁੱਲ ਜਾਂਦਾ, ਗਫਲਤ ਵਿੱਚ ਜਿਸ ਤਰ੍ਹਾਂ ਬੰਦਾ ਚਲਾ ਜਾਂਦਾ ਮਾਂ ਨੂੰ ਭੁੱਲ ਜਾਂਦਾ, ਤੇ ਲੇਕਿਨ ਠੋਕਰ ਲੱਗਦੀ ਹੈ ਤੇ ਫਿਰ ਯਾਦ ਆਉਂਦਾ ਉਹ ਮਾਂ ਮੈਨੂੰ ਤੇ ਲੱਭ ਰਹੀ ਸੀ, ਵਾਪਸ ਆਉਂਦਾ ਮਾਂ ਦੀ ਗੋਦ ਵਿੱਚ, ਮਾਂ ਫਿਰ ਪਿਆਰ ਕਰਦੀ, ਲੇਕਿਨ ਕਹਿੰਦਾ ਕਿ ਹੁਣ ਫਿਰ ਅੱਗੋਂ ਇੱਕ ਮਰਹਲਾ ਇਹੋ ਜਿਹਾ ਆ ਜਾਂਦਾ, ਉਹ ਹੁਣ ਤੇ ਮੈਂ ਅਗਰ ਸੰਭਲ ਗਿਆ, ਅਗਰ ਹੁਣ ਨਾ ਸੰਭਲਿਆ ਤੇ ਫਿਰ ਹੁਣ ਮਾਂ ਨੇ ਵੀ ਮੈਨੂੰ ਆਪਣੀ ਪਨਾਹ ਵਿੱਚ ਨਹੀਂ ਲੈਣਾ, ਹੁਣ ਉਹ ਵਕਤ ਆ ਗਈ ਕਿ ਮੈਂ ਉਹਦਾ ਕਹਿਣਾ ਮੰਨਾਂ, ਤੇ ਉਹਦੇ ਵਿੱਚ ਹੀ ਉਹਦੀ ਰਜ਼ਾ ਵਿੱਚ ਸ਼ਾਮਿਲ ਹੋ ਜਾਵਾਂ। ਉਹ ਫਿਰ ਇਹੋ ਜਿਹੀ ਉਮਰ ਦਾ ਵਕਤ ਵੀ ਆ ਜਾਂਦਾ ਜਿਸ ਤਰ੍ਹਾਂ ਆਹਿਸਤਾ ਆਹਿਸਤਾ ਇਨਸਾਨ ਨਾ ਫਰਮਾਨੀਆਂ ਕਰਦਾ ਜਾਂਦਾ ਆਪਣੀ ਰਵਿਸ਼ ਤੇ ਚੱਲਦਾ, ਤੇ ਫਿਰ ਉਹਨੂੰ ਹਰ ਸਮਝ ਆ ਜਾਂਦੀ ਠੋਕਰਾਂ ਖਾ ਕੇ ਕਿ ਨਹੀਂ ਹੁਣ ਸੰਭਲ ਜਾਣ ਦਾ ਟਾਈਮ ਆ ਗਿਆ, ਤੇ ਉਹਨੂੰ ਰਾਜ਼ੀ ਕਰਨਾ ਜ਼ਰੂਰੀ ਹੋ ਗਿਆ। ਬਹੁਤ ਅੱਛੇ ਨਸੀਮ, ਬਹੁਤ ਸੋਹਣੀ ਗੱਲ ਕੀਤੀ ਤੁਸੀਂ, ਸਲਾਮਤ ਰਹੋ, ਜਿਉਂਦੇ ਵਾਸਤੇ ਰਹੋ। ਮੈਂ ਤੇ ਸਿਰਫ ਇਹ ਚਾਹ ਰਹੀ ਸੀ ਕਿ ਮੈਂ ਤੇ ਪਹਿਲੇ ਨਹੀਂ ਜਿੰਨੇ ਸਰ ਸਾਹਿਬ ਦੀ ਇੱਕ ਦੋ ਕਾਲਸ ਨਹੀਂ ਸੁਣ ਸਕੀ, ਲੇਕਿਨ ਦਿਲ ਚਾਹ ਰਿਹਾ ਕਿ ਇਸ ਰੈਸ ਮੌਜੂ ਨੂੰ ਅੱਗੇ ਤੁਸੀਂ ਵਸੀ ਕਰਦੇ ਤਾਂ ਕਿ ਹੋਰ ਵੀ ਲੋਕਾਂ ਦੀ ਰਾਹ ਸ਼ਾਮਿਲ ਹੁੰਦੀ ਹੈ। ਇਸ ਤੋਂ ਪਹਿਲੇ ਵੈਸੇ ਇੰਨਾ ਅੱਛਾ ਮੌਜੂ ਕਦੇ ਨਹੀਂ ਹੋਇਆ, ਮੁਕੰਮਲ ਤੌਰ ਤੇ ਗੱਲ ਕਰਨ ਦੀ ਮੌਕਾ ਨਹੀਂ ਹੈ ਹੋ ਸਕਿਆ, ਬਹਰਹਾਲ ਲੇਕਿਨ ਬਹੁਤ ਖੂਬਸੂਰਤ ਤੇ ਬਹੁਤ ਅੱਛਾ। ਬਹੁਤ ਮਿਹਰਬਾਨੀ, ਸ਼ੁਕਰੀਆ, ਬਹੁਤ ਸ਼ੁਕਰੀਆ, ਸ਼ਾਮਿਲ ਪਲੀਜ਼। ਨਸੀਮ ਸਰ ਸਾਡੇ ਨਾਲ ਸਨ, ਔਰ ਇੰਜੀ ਗੱਲ ਹੋਈ ਆਪਣੇ ਪਿਆਰਿਆਂ ਨਾਲ ਕਿ ਗੱਲ ਮੁੱਕੀ ਨਾ ਸੱਜਣ ਨਾਲ, ਮੇਰੀ ਤੇ ਰੱਬਾ ਤੇਰੀ ਰਾਤ ਮੁੱਕ ਗਈ।
ਅਸੀਂ ਜੋ ਵੀ ਕਰੀਏ ਜਿੱਧਰ ਵੀ ਜਾਈਏ, ਜਿਵੇਂ ਮੈਂ ਪਹਿਲੇ ਗੱਲ ਕੀਤੀ ਕਿ ਜਿਵੇਂ ਜਿਵੇਂ ਇਨਸਾਨ ਨੇ ਸ਼ੌਰੀ ਤੌਰ 'ਤੇ ਤਰੱਕੀ ਹਾਸਿਲ ਕੀਤੀ, ਉਸੇ ਤਰ੍ਹਾਂ ਹੀ ਉਹਨੇ ਆਪਣੀ ਪਨਾਹ ਗਾਹ ਜਿਹੜੀ ਹੈ ਬੜੀ ਮਜ਼ਬੂਤ ਕਿਸਮ ਦੀ ਲੱਭੀ। ਜਿੰਨੇ ਵੀ ਜ਼ਮੀਨੀ ਚੀਜ਼ਾਂ ਸਨ ਜਿਨ੍ਹਾਂ ਨੂੰ ਤਸਖੀਰ ਕੀਤਾ ਜਾ ਸਕਦਾ ਅਤੇ ਉਹਨਾਂ ਨੂੰ ਕਾਬੂ ਪਾ ਲਿਆ, ਔਰ ਇਸੇ ਕਾਬੂ ਪਾਉਣ ਦੇ ਨਾਲ ਹੀ ਇਨਸਾਨ ਦੀ ਜਿਹੜੀ ਜ਼ਿਹਨੀ ਤਰੱਕੀ ਹੈ ਉਹ ਅੱਗੇ ਵੱਧ ਗਈ। ਪਰ ਅਸੀਂ ਸੋਚਦੇ ਹਾਂ ਕਿ ਜਦੋਂ ਰੱਬ ਜੋ ਚਾਹੁੰਦਾ ਹੈ ਸੋ ਕਰ ਸਕਦਾ ਹੈ, ਅਤੇ ਫਿਰ ਜੋ ਉਹਨੇ ਬਣਾਇਆ ਉਹਦੇ 'ਤੇ ਵੀ ਮਾਣ ਰੱਖਣਾ ਚਾਹੀਦਾ। ਜਿੰਨੇ ਮਜ਼ਾਹਿਬ ਨੇ ਉਹਨਾਂ ਸਾਰਿਆਂ ਦਾ ਇਹਤਰਾਮ ਕਰੀਏ। ਮੈਂ ਸੋਚਣਾ ਵਾਂ ਅਸੀਂ ਕਿਉਂ ਉਸੇ ਰੱਬ ਦੇ ਨਾਂ 'ਤੇ ਹੀ ਇੱਕ ਦੂਸਰੇ ਨੂੰ ਮਾਰਦੇ ਹਾਂ ਜਿਸ ਰੱਬ ਨੇ ਸਾਰਿਆਂ ਨੂੰ ਬਣਾਇਆ ਹੈ ਔਰ ਉਸੇ ਰੱਬ ਦੇ ਮੰਨਣ ਵਾਲੇ ਹਾਂ। ਗੱਲ ਮੇਰੇ ਖਿਆਲ ਹੈ ਕਿ ਨਸੀਮ ਸਾਹਿਬ ਨੇ ਕਹੀ ਔਰ ਦੂਸਰਿਆਂ ਨੇ ਵੀ ਕਹੀ ਹੈ, ਗੱਲ ਸਾਨੂੰ ਮਜ਼ੀਦ ਇਸ ਮੌਜੂ ਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੀਦਾ। ਕੋਸ਼ਿਸ਼ ਕਰਾਂਗੇ ਕਿ ਇਹਦੀ ਕਿਸ਼ਤ ਅਸੀਂ ਹੋਰ ਕਰ ਦਈਏ ਖੁਦ ਕਲਾਮੀ ਦੀ। ਇਹਦੇ ਨਾਲ ਹੀ ਸਮਾਂ ਕੀਤੀ ਵਫਾ ਰਵੇਗਾ ਸਾਥ ਤੁਹਾਡਾ ਅਤੇ ਮੇਰਾ ਆਉਂਦੀ ਮੁਲਾਕਾਤ ਤਿੱਕਰ, ਕਹੇ ਹੁਸੈਨ ਫਕੀਰ ਨਿਮਾਣਾ ਸੂਹੇ ਸਾਡੇ ਕੱਪੜੇ, ਪਿਆਰ ਪ੍ਰੀਤ ਸਨੇਹਾ ਸਾਡਾ ਜਿੱਥੋਂ ਤਿੱਕਰ ਕੱਪੜੇ, ਰੱਬ ਰੱਖਾ।